ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਭਾਰਤ ਦੇ ਮੂਲ ਨਿਵਾਸੀ ਪੰਜਾਬੀ ਭੈਣ ਭਰਾਓ ਮੈਂ ਆਪ ਜੀ ਦਾ ਆਪਣਾ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਲੁਧਿਆਣਾ ਤੋਂ ਸਾਥੀਓ ਮੈਂ ਹੁਣੇ ਥੋੜੀ ਦਰ ਪਹਿਲਾਂ ਲਾਈਵ ਹੋਇਆ ਸੀ ਤੇ ਮੇਰੀ ਵੀਡੀਓ ਜੋ ਹੈ ਉਹ ਟੈਕਨੀਕਲ ਕਿਸੇ ਕਾਰਨ ਕਰਕੇ ਉਹਦੇ ਵਿੱਚ 에ਰਰ ਆ ਗਿਆ ਤੇ ਉਹ ਡਿਲੀਟ ਹੋ ਗਈ ਹੈ ਜਾਂ ਡਿਲੀਟ ਕਰਵਾ ਦਿੱਤੀ ਗਈ ਹੈ ਮੈਨੂੰ ਨਹੀਂ ਪਤਾ ਲੇਕਿਨ ਮੈਂ ਸੱਚ ਬੋਲਾਂਗਾ ਔਰ ਸੱਚ ਦੇ ਰਾਹ ਤੇ ਚਲਦਿਆਂ ਹੋਇਆਂ ਅਗਰ ਕਿਸੇ ਟਾਈਮ ਜੇ ਮੈਨੂੰ ਸੂਲੀ ਤੇ ਵੀ ਚੜਨਾ ਪੈ ਗਿਆ ਤੇ ਮੈਂ ਪਿੱਛੇ ਨਹੀਂ ਹਟਾਂਗਾ ਸਾਥੀਓ ਆਪ ਸਭ ਨੇ ਸਵੇਰ ਦੀ ਇੱਕ ਖਬਰ ਸੁਣੀ ਹੋਣੀ ਹੈ ਕਿ ਸਿੰਘੂ ਬਾਰਡਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਇੱਕ ਕਤਲ ਹੋਇਆ ਉਹ ਜਿਸ ਦਾ ਕਤਲ ਹੋਇਆ ਆ ਉਹਦੇ ਪਰਿਵਾਰਕ ਮੈਂਬਰ ਵੀ ਸਾਹਮਣੇ ਆਏ ਨੇ ਚੀਮਾ ਕਲਾ ਪਿੰਡ ਦਾ ਉਹ ਰਹਿਣ ਵਾਲਾ ਆ ਜਿੱਥੇ ਉਹ ਰਹਿਣ ਵਾਲਾ ਆ ਉਹਦੇ ਪਰਿਵਾਰਕ ਮੈਂਬਰ ਤੇ ਪੂਰੇ ਪਿੰਡ ਦੇ ਲੋਕ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਇਹ ਬੰਦਾ ਇਦਾਂ ਦਾ ਨਹੀਂ ਸੀ ਔਰ ਹੈਰਾਨਕੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹ ਇਨਾ ਹੀ ਜਿਨ੍ਹਾਂ ਨੇ ਉਸ ਗਰੀਬ ਦਾ ਕਤਲ ਕੀਤਾ ਹੈ ਮੈਂ ਉਹਨੂੰ ਕਿਸੇ ਜਾਤ ਨਾਲ ਨਹੀਂ ਜੋੜਦਾ ਪਰ ਮੈਂ ਇਹ ਗੱਲ ਕਹਿਣਾ ਹੈ ਗਰੀਬ ਗਰੀਬ ਆ ਮੈਂ ਇਹ ਕਹਿਣਾ ਚਾਹਣਾ ਆ ਕਿ ਜਿਨ੍ਹਾਂ ਨੇ ਉਹਦੇ ਤੇ ਇਲਜ਼ਾਮ ਲਾਇਆ ਕਿ ਇਹ குரு ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਆ ਇਹਨੇ ਦਰਅਸਲ ਕਿਆ ਉਹਨਾਂ ਦੇ ਕੋਲ ਕੋਈ ਸਬੂਤ ਹੈ ਕਿਆ ਕੋਈ ਐਵੀਡੈਂਸ ਪੇਸ਼ ਕਰ ਸਕਦੇ ਆ ਕਿ ਉਹਨਾਂ ਇਹਨੇ ਬੇਅਦਬੀ ਕੀਤੀ ਆ ਜਿਹੜਾ ਬੰਦਾ ਉਹਨਾਂ ਦੇ ਨਾਲ ਤਿੰਨ ਚਾਰ ਦਿਨ ਤੋਂ ਲਗਾਤਾਰ ਰਹਿ ਰਿਹਾ ਆ ਉਹ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਸਕਦੀ ਹੈ ਕਰ ਸਕਦਾ ਆ ਸੋ ਸਾਥੀਓ ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਔਰ ਜੋ ਬਿਆਨ ਮੈਂ ਉਗਰਾਹਾ ਸਾਹਿਬ ਦਾ 32 ਕਿਸਾਨ ਜਥੇਬੰਦੀਆਂ ਦੇ ਆਗੂ ਉਗਰਾਹਾ ਸਾਹਿਬ ਚੜੂਨੀ ਸਾਹਿਬ ਉਹਨਾਂ ਨੇ ਜੋ ਬਿਆਨ ਦਿੱਤੇ ਆ ਆਪਣੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਆ ਕਿ ਜੇ 32 ਕਿਸਾਨ ਜਥੇਬੰਦੀਆਂ ਆ ਤੇ 32 ਨਾਂਗ ਸਹੀ ਜਥੇਬੰਦੀਆਂ ਨੇ ਉਹਨਾਂ ਤੇ ਪਤਾ ਨਹੀਂ ਕਿਹੜੀ ਜਥੇਬੰਦੀ ਆ ਜਿਨ੍ਹਾਂ ਨੇ ਇਹ ਕਤਲ ਕੀਤਾ ਆ ਮੈਂ ਸਮਝਦਾ ਆ ਕਿ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਜਿਨੇ ਕਤਲ ਕੀਤਾ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਹੀ ਮਨੁੱਖਤਾ ਦੀ ਬਿਹਤਰੀ ਆ ਮਾਨਵਤਾ ਦੀ ਪ੍ਰਾਪਰਿ ਆ ਤੇ ਮਾਨਵਤਾ ਦੀ ਬਿਹਤਰੀ ਦੇ ਲਈ ਸਾਡੇ ਗੁਰੂ ਗੁਰੂਆਂ ਪੀਰਾਂ ਨੇ ਸਾਡੇ ਮਹਾਪੁਰਸ਼ਾਂ ਨੇ ਬਲੀਦਾਨ ਦਿੱਤੇ ਆ ਬੰਦ-ਬੰਦ ਕਟਵਾਏ ਆ ਚੜਖੜੀਆਂ ਤੇ ਚੜੇ ਆ ਗੁਰੂ ਕਲਗੀਧਰ ਪਿਤਾ ਨੇ ਆਪਣਾ ਬੱਚੇ ਪਰਿਵਾਰ ਵਾਰਿਆ ਆ ਕਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਰਾਜਮਾਨ ਜੋ ਮਹਾਪੁਰਸ਼ ਨੇ ਕਿਹਾ ਉਹਨਾਂ ਦੀ ਸੋਚ ਇਹ ਸੀਗੀ ਕਿ ਤੁਸੀਂ ਬੇਅਦਬੀ ਦਾ ਇਲਜ਼ਾਮ ਲਗਾ ਕੇ ਕਿਸੇ ਗਰੀਬ ਦਾ ਕਤਲ ਕਰ ਦੋ ਮੈਂ ਉਹਨਾਂ ਨੂੰ ਸਿੱਖ ਨਹੀਂ ਮੰਨਦਾ ਮੇਰੀ ਨਜ਼ਰ ਦੇ ਵਿੱਚ ਉਹ ਪਗੜੀ ਧਾਰੀ ਅਤਿ ਕਵਾਦੀ ਨੇ ਅਤਵਾਦੀ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਅਤਵਾਦੀ ਦਾ ਕੋਈ دین ਧਰਮ ਇਮਾਨ ਉਹਦੀ ਜਾਤ ਨਹੀਂ ਹੁੰਦੀ ਇਸੇ ਤਰ੍ਹਾਂ ਗਰੀਬ ਦਾ ਕੋਈ ਧਰਮ ਔਰ ਜਾਤ ਨਹੀਂ ਹੁੰਦੀ ਲੇਕਿਨ ਪਤਾ ਚੱਲਿਆ ਆ ਹੁਣੇ ਮੈਂ ਇੱਕ ਵੀਡੀਓ ਦੇਖਦਾ ਪਿਆ ਸੱਜ ਜਿਹਦੇ ਵਿੱਚ ਉਸ ਮਰਨ ਵਾਲੇ ਦਾ ਜਿਹਦਾ ਕਤਲ ਕਰ ਦਿੱਤਾ ਗਿਆ ਉਹਦਾ ਪਰਿਵਾਰ ਸਾਹਮਣੇ ਆਇਆ ਆ ਉਹਦੀਆਂ ਤਿੰਨ ਬੇਟੀਆਂ ਨੇ ਤਿੰਨੋ ਬੇਟੀਆਂ ਹੀ ਨੇ ਔਰ ਉਹ ਵਿਚਾਰਾ ਪੱਠਾ ਲੱਤਾ ਇਤਰੋ-ਇਤਰੋ ਲਿਉਂਦਾ ਸੀ ਤੇ ਉਹ ਆਪਣਾ ਪਰਿਵਾਰ ਪਾਲਦਾ ਸੀ 100-150 ਰੁਪਿਆ ਉਹਦੀ ਦਿਹਾੜੀ ਬਣ ਜਾਂਦੀ ਸੀ ਇਹਨਾਂ ਲੋਕਾਂ ਨੇ ਧਨਾੜ ਲੋਕ ਕੀ ਆਪਣੇ ਖੇਤਾਂ 'ਚ ਕੰਮ ਕਰਾਉਣ ਵਾਸਤੇ ਇਦਾਂ ਦੇ ਗਰੀਬ ਲੋਕਾਂ ਨੂੰ ਨਸ਼ਿਆਂ 'ਤੇ ਵੀ ਲਾ ਦਿੰਦੇ ਆ ਅਸੀਂ ਇਸ ਗੱਲ ਤੋਂ ਵੀ ਨਹੀਂ ਮੁਨਕਰ ਹੁੰਦੇ ਕਿ ਉਹ ਨਸ਼ਾ ਨਹੀਂ ਕਰਦਾ ਹੋਊਗਾ ਉਹ ਨਸ਼ਾ ਵੀ ਕਰਦਾ ਹੋਊਗਾ ਇਹ ਲੋਕ ਉਹਨੂੰ ਨਸ਼ੇ ਦਾ ਯਾ ਗਰੀਬ ਬੰਦੇ ਨੂੰ ਤੇ ਜਦੋਂ ਸ਼ਾਮ ਨੂੰ ਕਿਤੇ ਰੋਟੀ ਮਿਲ ਜਵੇ ਦੇਖੋ ਅੱਜ ਦੁਸ਼ਹਿਰਾ ਪਰਵਾਂ ਦੁਸ਼ਹਿਰੇ ਦੇ ਉੱਤੇ ਦੀਵਾਲੀ ਦੇ ਉੱਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਖਾਂਦੇ ਨੇ ਲੇਕਿਨ ਗਰੀਬ ਦੇ ਘਰ ਦੇ ਵਿੱਚ ਜੇਕਰ ਰੱਜ ਕੇ ਰੋਟੀ ਮਿਲ ਜਵੇ ਤੇ ਉਹਦੇ ਲਈ ਉਹ ਦਿਨ ਹੀ ਤਿਵਾਲੀ ਵਾਲਾ ਹੁੰਦਾ ਆ ਜਦੋਂ ਉਹ ਰੱਜ ਕੇ ਰੋਟੀ ਖਾਂਦੇ ਆ ਉਹਦਾ ਪਰਿਵਾਰ ਉਹਦੀਆਂ ਬੇਟੀਆਂ ਇਹ ਗੱਲ ਕਹਿ ਰਹੇ ਨੇ ਕਿ ਬਿਲਕੁਲ ਵੀ ਉਹ ਇਸ ਤਰ੍ਹਾਂ ਦਾ ਨਹੀਂ ਸੀਗਾ ਉਹ ਇਦਾਂ ਦਾ ਕੰਮ ਨਹੀਂ ਕਰ ਸਕਦਾ ਪਿੰਡ ਦੇ ਲੋਕ ਕਹਿ ਰਹੇ ਨੇ ਕੋਈ ਇਦਾਂ ਦਾ ਕੰਮ ਨਹੀਂ ਕਰ ਸਕਦਾ ਮੈਂ ਸਮਝਦਾ ਹਾਂ ਕਿ ਸਾਜ਼ਿਸ਼ ਦੇ ਤਹਿਤ ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਪੰਜਾਬ ਤੋਂ ਬਾਹਰ ਚਲੇ ਜਾਂਦੇ ਆ ਤੇ ਲੋਕਾਂ ਨੂੰ ਮੁਸਲਮਾਨ ਭਰਾਵਾਂ ਨੂੰ ਕੁਝ ਟੈਰਰਿਸਟ ਵੱਲੋਂ ਅਤਵਾਦੀਆਂ ਵੱਲੋਂ ਔਰ ਉਹਨਾਂ ਨੂੰ ਨਾਰੇ ਲਾਉਣ ਦੇ ਲਈ ਮੌਬ ਲਿੰਚਿੰਗ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਮੈਂ ਸਮਝਦਾ ਹਾਂ ਕਿ ਇਹਨਾਂ ਪਗੜੀਧਾਰੀ ਅਤਵਾਦੀਆਂ ਨੇ ਇੱਕ ਗਰੀਬ ਦਾ ਕਤਲ ਕਰਕੇ ਸਿੱਖੀ ਨੂੰ ਔਰ ਸਿੱਖਾਂ ਨੂੰ ਸ਼ਰਮਸਾਰ ਕੀਤਾ ਆ ਮਹਾਪੁਰਸ਼ਾਂ ਨੂੰ ਸ਼ਰਮਸਾਰ ਕੀਤਾ ਆ ਕਿਉਂਕਿ ਮਹਾਪੁਰਸ਼ਾਂ ਦੀ ਸੋਚ ਇਹ ਨਹੀਂ ਸੀ ਮਹਾਪੁਰਸ਼ ਕਹਿੰਦੇ ਨੇ ਕਿ ਜੇ ਕੋਈ ਮੂਰਖ ਆ ਤੇ ਉਹਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਆ ਉਹ ਵਿਅਕਤੀ ਇਹਨਾਂ ਨੂੰ ਕਿੱਦਾਂ ਪਤਾਇਆ ਕਿ ਉਹਨੇ ਬੇਇੱਜ਼ਤੀ ਕੀਤੀ ਆ ਕਹਿਣਾ ਦੇ ਕੋਲ ਕੋਈ ਐਵੀਡੈਂਸ ਹੈ ਕਿ ਕੋਈ ਵੀਡੀਓ ਹੈ ਕਿ ਉਹਨੇ ਕੋਈ ਬੇਇੱਜ਼ਤੀ ਕੀਤੀ ਆ ਉਹ ਤਿੰਨ ਚਾਰ ਦਿਨ ਤੋਂ ਲਗਾਤਾਰ ਇਹਨਾਂ ਦੇ ਨਾਲ ਰਹਿ ਰਿਹਾ ਹੈ ਕਿੱਡੀ ਮੰਦ ਭਾਗੀ ਕੱਟਣਾ ਹੈ ਆਪਣੇ ਨਾਲ ਹੀ ਰਹਿੰਦੇ ਹੋਏ ਵਿਅਕਤੀ ਨੂੰ ਔਰ ਕਿਸਾਨ ਜਥੇਬੰਦੀਆਂ ਦੇ ਆਗੂ ਉਗਰਾਹਾ ਸਾਹਿਬ ਦਾ ਬਿਆਨ ਆਇਆ ਕਿ ਉਹ ਪੰਜਾਬ ਆਏ ਹੋਏ ਨੇ ਉਹਨਾਂ ਨੂੰ ਇਸ ਘਟਨਾ ਦੇ ਬਾਰੇ ਪਤਾ ਨਹੀਂ ਆ ਲੇਕਿਨ ਉਹਨਾਂ ਨੇ ਇਹ ਵੀ ਗੱਲ ਕਹੀ ਆ ਇੱਕ ਨਿੱਜੀ ਚੈਨਲ ਨੂੰ ਉਹਨਾਂ ਨੇ ਅ ਇੰਟਰਵਿਊ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਇਹਨਾਂ ਨਿਹੰਗਾਂ ਦੇ ਨਾਲ ਕੋਈ ਸਬੰਧ ਨਹੀਂ ਹੈਗਾ ਨਿਹੰਗ ਸਿੰਘ ਲਾਡਲੀਆਂ ਫੌਜਾਂ ਨੇ ਉਹ ਲਾਡਲੀਆਂ ਜਿਹੜੇ ਫੌਜਾਂ ਨੇ ਜੇ ਉਹ ਇਦਾਂ ਦੇ ਅਕ੍ਰਿਤ ਕਰਨ ਕੰਮ ਕਰਨਗੇ ਤੇ ਉਹ ਮੈਂ ਸਮਝਦਾ ਕਿ ਉਹ ਪਗੜੀ ਧਾਰੀ ਅਤਵਾਦੀ ਇਹ ਘਟਨਾ ਨੂੰ ਅੰਜਾਮ ਦੇਣ ਵਾਲੇ ਪਗੜੀ ਧਾਰੀ ਅਤਵਾਦੀ ਨੇ ਅਸਲੀ ਗੁਰੂ ਦਾ ਸਿੰਘ ਅਸਲੀ ਨਿਹੰਗ ਸਿੰਘ ਇਸ ਤਰ੍ਹਾਂ ਦੇ ਕੰਮ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਇਹ ਲੋਕ ਸਿਰਫ ਫੰਡਿੰਗ ਦੇ ਚੱਕਰ ਚ ਕਿਉਂਕਿ ਇਹ ਲੋਕ ਇਦਾਂ ਦੀ ਘਟਨਾ ਹੋ ਜਾਂਦੀ ਆ ਪਿੱਛੇ ਜੇ ਪਟਿਆਲੇ ਦੇ ਵਿੱਚ ਇੱਕ ਪੁਲਿਸ ਵਾਲੇ ਦਾ ਗੁੱਟ ਵੱਡ ਦਿੱਤਾ ਸੀਗਾ ਉਹ ਗੁੱਟ ਵੱਡ ਕੇ ਕੀ ਸੋਚਦੇ ਆ ਕਿ ਉਹ ਪੂਰੇ ਵਰਲਡ ਦੇ ਵਿੱਚ ਇੱਕ ਖਬਰ ਬਣ ਗਈ ਤੇ ਫੰਡਿੰਗ ਆ ਜਾਊਗੀ ਫੇਮ ਮਿਲ ਜਾਊਗਾ ਇਹਨਾਂ ਲੋਕਾਂ ਨੇ ਇਸੇ ਤਰ੍ਹਾਂ ਫੰਡਿੰਗ ਲੈਣ ਦੇ ਚੱਕਰ 'ਚ ਸਿਰਫ ਆਪਣੀ ਸ਼ੋਹਰਤ ਦੇ ਚੱਕਰ 'ਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਗਰੀਬ ਦਾ ਕਤਲ ਕਰ ਦਿੱਤਾ ਉਹਦੀਆਂ ਤਿੰਨ ਧੀਆ ਰੋਲ ਕੇ ਰੱਖ ਦਿੱਤੀਆਂ ਤਿੰਨ ਜਵਾਨ ਧੀਆ ਨੇ ਔਰ ਗਰੀਬ ਬੰਦਾ ਜਿਹੜਾ ਦਿਹਾੜਾ ਦਿਹਾੜੀ ਦੱਪਾ ਕਰਕੇ ਆਪਣਾ ਪਰਿਵਾਰ ਪਾਲਦਾ ਸੀਗਾ ਔਰ ਜਿਹੜਾ ਇਸ ਤਰ੍ਹਾਂ ਦੇ ਗਰੀਬ ਲੋਕ ਨੇ ਜਿਹੜੇ ਆਪਣੇ ਮਹਾਪੁਰਸ਼ਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਗੁਰੂ ਗੁਰੂਆਂ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਸ਼ਹੀਦ ਸ਼ਹਾਦਤਾ ਦਿੱਤੀਆਂ ਔਰ ਉਹ ਆਪਣੇ ਧਾਰਮਿਕ ਸਥਾਨਾ ਦੇ ਲਈ ਆਪਣੀ ਜਿੰਦ ਜਾਨ ਵਾਰ ਜਾਂਦੇ ਆ ਉਹ ਕਿਸ ਤਰ੍ਹਾਂ ਇੱਕ ਗਰੀਬ ਬੰਦਾ ਜਿਹੜਾ ਆ ਬੇਅਦਬੀ ਕਰ ਸਕਦਾ ਮੈਂ ਇਹ ਨਹੀਂ ਕਹਿੰਦਾ ਕਿ ਜੇ ਉਹਨੇ ਬੇਅਦਬੀ ਕੀਤੀ ਹੈ ਉਸ ਨੂੰ ਕਾਨੂੰਨ ਸਜ਼ਾ ਦੇਵੇ ਉਹਨੂੰ ਕਾਨੂੰਨ ਸਜ਼ਾ ਦੇਵੇ ਲੇਕਿਨ ਉਹ ਤਾਂ ਜੇ ਇਹਨਾਂ ਦੇ ਕੋਲ ਕੋਈ ਸਬੂਤ ਆ ਕਿ ਉਹਨੇ ਬੇਅਦਬੀ ਕੀਤੀ ਆ ਲੇਕਿਨ ਸਾਥੀਓ ਅਗਰ ਇਹਨਾਂ ਦੇ ਕੋਲ ਕੋਈ ਸਬੂਤ ਨਹੀਂ ਆ ਕਿ ਉਹਨੇ ਬੇਅਦਬੀ ਕੀਤੀ ਆ ਜੇ ਇਹਨਾਂ ਨੇ ਗੁਰੂ ਸਾਹਿਬ ਰੱਖੇ ਹੋਏ ਆ ਮੈਂ ਸਮਝਦਾ ਆ ਕਿ ਗਲੀ ਗਲੀ ਦੇ ਵਿੱਚ ਪਿੰਡ ਪਿੰਡ ਤੇ ਵਿੱਚ ਇੰਨੇ ਜ਼ਿਆਦਾ ਗੁਰੂ ਘਰ ਬਣ ਕੇ ਨੇ ਉਹ ਗੁਰੂ ਘਰ ਘਟਨੇ ਤੇ ਬਿਜ਼ਨਸ ਸੈਂਟਰ ਜ਼ਿਆਦਾ ਨੇ ਮੈਂ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਕਹਿਣਾ ਚਾਹਣਾ ਆ ਸਾਰੇ ਧਰਮ ਇਮਾਨ ਦੇ ਲੋਕਾਂ ਨੂੰ ਮਜਮਾ ਨੂੰ ਮੈਂ ਕਹਿਣਾ ਚਾਹਣਾ ਆ ਚਾਹੇ ਉਹ ਹਿੰਦੂ ਨੇ ਚਾਹੇ ਮੁਸਲਮਾਨ ਨੇ ਕਿ ਭਾਈ ਤੁਸੀਂ ਜਿਹੜੇ ਛੋਟੇ-ਛੋਟੇ ਗੁਰਦੁਆਰੇ ਜਿਵੇਂ ਪਿੰਡਾਂ 'ਚ ਬਣਾ ਕੇ ਇਹਨਾਂ ਨੇ ਬਿਜ਼ਨਸ ਸੈਂਟਰ ਬਣਾਏ ਆ ਤੇ ਕਮਾਈਆਂ ਕਰਦੇ ਆ ਤੇ ਪ੍ਰਧਾਨ ਜਿਹੜੇ ਆ ਉਹ ਗੋਲਕਾ ਦੇ ਉੱਤੇ ਐਸ਼ਾ ਕਰਦੇ ਆ ਇਹਨਾਂ ਛੋਟੇ ਗੁਰੂ ਘਰਾਂ ਦੇ ਵਿੱਚ ਮੈਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਗੁਰੂ ਘਰ ਨੇ ਉਹ ਨਹੀਂ ਹੋਣੇ ਚਾਹੀਦੇ ਜੇ ਅਸੀਂ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣੀ ਆ ਇਹ ਛੋਟੇ-ਛੋਟੇ ਗੁਰੂ ਘਰਾਂ ਦੇ ਨਾਂ ਦੇ ਉੱਤੇ ਜਿਹੜੇ ਬਿਜ਼ਨਸ ਸੈਂਟਰ ਬਣਾਏ ਆ ਤੇ ਗੋਲਕਾ ਗੋਲਕਾਂ ਦਾ ਦੀ ਮਾਇਆ ਖਾਣ ਵਾਲੇ ਵੱਡੇ ਵੱਡੇ ਢਿੱਡਾਂ ਵਾਲੇ ਪ੍ਰਧਾਨ ਜਿਹੜੇ ਗੋਲਕਾਂ ਦੇ ਸਿਰ ਤੋਂ ਆਪਣੇ ਪਰਿਵਾਰ ਚਲਾ ਰਹੇ ਆ ਔਰ ਗੁਰੂ ਘਰ ਦਾ ਖਾ ਰਹੇ ਆ ਤੇ ਇਹਨਾਂ ਦਾ ਫਰਜ਼ ਬਣਦਾ ਆ ਧਰਮ ਦੇ ਠੇਕੇਦਾਰਾਂ ਦਾ ਕਿ ਤੁਸੀਂ ਟਾਸਕ ਫੋਰਸਾ ਬਣਾਓ ਜੇ ਤੁਸੀਂ ਗੁਰੂ ਸਾਹਿਬ ਨੂੰ ਸੁਸ਼ੋਭਤ ਕੀਤਾ ਆ ਉਹਨਾਂ ਦੀ ਬੇਅਦਬੀ ਤੁਹਾਡੀ ਕਮੀ ਦੀ ਵਜ੍ਹਾ ਕਰਕੇ ਕਿਤੇ ਨਾ ਕਿਤੇ ਤੁਸੀਂ ਜ਼ਿੰਮੇਵਾਰ ਹੋ ਜਿਹਦੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਆ ਸੋ ਦੋਸਤੋ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿਉਂਕਿ ਇਹੀ ਇੱਕ ਮਾਮਲਾ ਇਤਾਂ ਦਾ ਆ ਜੋ ਪੂਰੀ ਦੁਨੀਆ 'ਚ ਹਾਈਲਾਈਟ ਹੋ ਸਕਦਾ ਆ ਤੇ ਇਹਦੇ ਨਾਲ ਬੰਦਾ ਇੱਕ ਰਾਤੋਂ ਰਾਤ ਹੀਰੋ ਬਣ ਸਕਦਾ ਆ ਜਿਸ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਮੈਂ ਸਮਝਦਾ ਆ ਕਿ ਉਹਨੇ ਗੁਰੂ ਨਾਨਕ ਦੀ ਸਿੱਖੀ ਨੂੰ ਸ਼ਰਮਸਾਰ ਕੀਤਾ ਆ ਇੱਕ ਗਰੀਬ ਦਾ ਕਤਲ ਕਰਕੇ ਕਿਉਂਕਿ ਮੈਨੂੰ ਇਹ ਲੱਗਦਾ ਜਿਹੜਾ ਬੰਦਾ ਕਿਉਂਕਿ ਉਹਦੇ ਪਰਿਵਾਰ ਦਾ ਬਿਆਨ ਆ ਰਿਹਾ ਆ ਔਰ ਪੂਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆ ਰਹੇ ਆ ਵੀ ਉਹ 2-3 ਦਿਨ ਤੋਂ ਲਗਾਤਾਰ ਇਹਨਾਂ ਦੇ ਨਾਲ ਰਹਿ ਰਿਹਾ ਸੀ ਜਦੋਂ ਇਹਨਾਂ ਦੇ ਨਾਲ ਰਹਿ ਰਿਹਾ ਸੀ ਤਾਂ ਕਿਹਾ ਉਦੋਂ ਇਹਨਾਂ ਨੂੰ ਪਛਾਣ ਨਹੀਂ ਹੋਈ ਪੀ ਇਹ ਬੰਦਾ ਕੀ ਕੌਣ ਆ ਕੀ ਆ ਔਰ ਇਹਨਾਂ ਨੂੰ ਕੀ ਸਬੂਤ ਆ ਇਹਨਾਂ ਦੇ ਕੋਲ ਕਿ ਉਹਨੇ ਬੇਅਦਬੀ ਕੀਤੀ ਆ ਸਾਥੀਓ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਆ ਉਹਦੇ ਵਾਸਤੇ ਅਸੀਂ ਵੀ ਆਪਣਾ ਅਸੀਂ ਆਪਣਾ ਖੂਨ ਤੱਕ ਵਹਾ ਸਕਦੇ ਆ ਅਸੀਂ ਜਾਨ ਦੇ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦੇ ਲਈ ਸਤਕਾਰ ਸਤਕਾਰਯੋਗ ਹਨ ਲੇਕਿਨ ਇਹਨਾਂ ਦੇ ਕੋਲ ਕੀ ਸਬੂਤ ਹੈ ਕਿ ਉਸ ਗਰੀਬ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਰਾਈਟ ਔਰ ਅਗਰ ਕੋਈ ਸਬੂਤ ਹੈ ਤੇ ਪੇਸ਼ ਕਰਨ ਜੇ ਪੇਸ਼ ਨਹੀਂ ਕਰਦੇ ਇਹਦਾ ਮਤਲਬ ਆ ਇਹਨਾਂ ਨੇ ਬਾਹਰੋਂ ਫੰਡਿੰਗ ਮੰਗਵਾਉਣ ਤੇ ਲਈ ਔਰ ਹੀਰੋ ਰਤੋ ਰਾਤ ਬਣਨ ਤੇ ਲਈ ਇੱਕ ਘਟਨਾ ਨੂੰ ਅੰਜਾਮ ਦਿੱਤਾ ਆ ਸਾਥੀਓ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਆ ਕਿ ਅੱਜਕੱਲ ਉਹ ਸਿੱਖੀ ਜਿਹਦੇ ਤੇ ਅਸੀਂ ਮਾਣ ਕਰਦੇ ਆ ਮੈਂ ਵੀ ਇੱਕ ਸਿੱਖ ਆ ਲੇਕਿਨ ਅੱਜ ਇੱਕ ਗਰੀਬ ਦਾ ਜਦੋਂ ਕਤਲ ਕਰ ਦਿੱਤਾ ਗਿਆ ਆ ਔਰ ਉਹਨੂੰ ਇੱਕ ਸਾਜ਼ਿਸ਼ ਦੇ ਤਹਿਤ ਉਹ ਇਹਨਾਂ ਦੇ ਨਾਲ ਰਹਿ ਰਿਹਾ ਸੀ ਔਰ ਉਹ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਤਬੋਣਾ ਸੀਗਾ ਤੇ ਉਹਨੂੰ ਕਸ਼ਹਿਰਾ ਜਾਣਬੁੱਝ ਕੇ ਪਵਾਇਆ ਗਿਆ ਤਾਂ ਕਿ ਉੱਤੇ ਇਲਜ਼ਾਮ ਲਾਏ ਜਾ ਸਕਣ ਸਾਥੀਓ ਇਸ ਤਰ੍ਹਾਂ ਦੇ ਹੁਸ਼ਿਆਰ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਅਤਵਾਦੀ ਸੋਚ ਵਾਲੇ ਜਿਹੜੇ ਲੋਕ ਨੇ ਉਹ ਹੁਣ ਧਰਮ ਨੂੰ ਢਾਲ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਧਰਮ ਨੂੰ ਢਾਲ ਬਣਾ ਕੇ ਉਹ ਘਰੀਬ ਲੋਕਾਂ ਦੇ ਕਤਲ ਕਰ ਰਹੇ ਨੇ ਇਹੀ ਕਤਲ ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਹੋ ਰਹੇ ਨੇ ਔਰ ਉਹ ਉਹ ਜਿਹੜੇ ਕਤਲ ਕਰ ਰਹੇ ਨੇ ਧਰਮ ਧਰਮ ਦੀ ਆੜ ਦੇ ਵਿੱਚ ਉਹ ਲੋਕ ਵੀ ਸਹੀ ਨਹੀਂ ਹਨ ਪਰ ਇਹ ਜੋ ਸਿੱਖੀ ਜਿਹਦੇ ਤੇ ਪੂਰੀ ਦੁਨੀਆ ਨੂੰ ਮਾਣ ਹੈ ਗੁਰੂ ਨਾਨਕ ਦੀ ਸਿੱਖੀ ਦੇ ਉੱਤੇ ਜਿੱਥੋਂ ਲੋਕਾਂ ਨੂੰ ਲੱਗਦਾ ਆ ਵੀ ਇੱਥੋਂ ਅਸੀਂ ਭੁੱਖੇ ਨਹੀਂ ਰਹਿ ਸਕਦੇ ਭੁੱਖੇ ਨਹੀਂ ਜਾ ਸਕਦੇ ਇਸ ਦਰ ਤੋਂ ਜਿਹੜੀ ਸਿੱਖੀ ਆਕਸੀਜਨ ਦੇ ਲੰਗਰ ਲਾਉਂਦੀ ਹੈ ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਭੁੱਖਿਆਂ ਨੂੰ ਲੰਗਰ ਛਕਾਉਂਦੀ ਹੈ ਔਰ ਬਿਮਾਰਾਂ ਦਾ ਇਲਾਜ ਕਰਦੀ ਹੈ ਉਹ ਸਿੱਖੀ ਕਦੀ ਕਿਸੇ ਦਾ ਕਤਲ ਨਹੀਂ ਕਰ ਸਕਦੀ ਉਹ ਸਿੱਖੀ ਕਿਸੇ ਦਾ ਕਤਲ ਨਹੀਂ ਕਰ ਸਕਦੀ ਤੇ ਸਿੱਖੀ ਇਸ ਗਰੀਬ ਵਿਅਕਤੀ ਦਾ ਕਤਲ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ ਸੋ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਦੋਸਤੋ ਪਿੱਛੇ ਜੇ ਗੁਰਦਾਸਪੁਰ ਦੇ ਵਿੱਚ ਇੱਕ ਘਟਨਾ ਘਟੀ ਸੀ ਇੱਕ ਸਦਾ ਹਿੰਦੂਪੁਰਾ ਸੰਦੀਪ ਠਾਕੁਰ ਕਰਕੇ ਉਹਨਾਂ ਦਾ ਨਾਮ ਸੀ ਜੋ 3 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਜਾ ਰਿਹਾ ਸੀ ਛੁੱਟੀ ਆਇਆ ਸੀ ਉਹ ਵਿਅਕਤੀ ਗੁਰੂ ਘਰ ਦੇ ਵਿੱਚ ਪਾਣੀ ਪੀਣ ਗਿਆ ਜਾਂ ਲੰਗਰ ਛਕਣ ਗਿਆ ਤੇ ਉੱਥੇ ਧਰਮ ਦੇ ਠੇਕੇਦਾਰਾਂ ਨੇ ਕ੍ਰਮ ਚੌਧਰੀਆਂ ਨੇ ਉਹਦਾ ਕਤਲ ਕਰਕੇ ਬਾਅਦ ਦੇ ਵਿੱਚ ਉਹਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ ਲਾਤਾ ਸਾਥੀਓ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਕਰਨ ਵਾਲੇ ਲੋਕ ਸੀ ਉਹ ਲੋਕ ਅੱਜ ਤੱਕ ਨਹੀਂ ਇਹਨਾਂ ਕੋਲੋਂ ਫੜੇ ਗਏ ਜਿਹੜੇ ਅਸਲ ਗੁਨੇਕਾਰ ਨੇ ਉਹ ਨਹੀਂ ਫੜੇਗੇ ਲੇਕਿਨ ਲਖਵਿੰਦਰ ਲਖਵੀਰ ਸਿੰਘ ਜਿਹਦਾ ਕਤਲ ਹੋਇਆ ਲਖਵਿੰਦਰ ਸਿੰਘ ਜਾਂ ਲਖਵੀਰ ਸਿੰਘ ਮੈਨੂੰ ਨਹੀਂ ਉਹਦਾ ਪੂਰਾ ਨਾਮ ਨਹੀਂ ਪਤਾ ਯਾ ਸੰਦੀਪ ਠਾਕੁਰ ਸਾਡਾ ਹਿੰਦੂਪਰਾ ਜਿਹਨੂੰ ਗੁਰਦਾਸਪੁਰ ਦੇ ਗੁਰਦੁਆਰੇ ਦੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਸੀਗਾ ਉਹ ਬੇਦੌਸ਼ੇ ਨੂੰ ਵੀ ਕਤਲ ਕੀਤਾ ਸੀ ਤੇ ਜਾਂਚ ਦੇ ਵਿੱਚ ਪਾਇਆ ਗਿਆ ਕਿ ਉਹਦੇ ਤੇ ਬਾਅਦ ਚ ਸਿਰ ਉਹਦਾ ਕਤਲ ਕਰਨ ਤੋਂ ਬਾਅਦ ਜਦੋਂ ਇਹਨਾਂ ਕੋਲੋਂ ਮਰ ਗਿਆ ਬਾਅਦ ਚ ਇਹਨਾਂ ਨੇ ਆਪਣੀ ਆਪਣੀਆਂ ਮਕਾਮੀਆਂ ਨੂੰ ਛਪਾਉਣ ਦੇ ਲਈ ਉਹਦੇ ਤੇ ਬੇਤਵੀ ਦਾ ਇਲਜ਼ਾਮ ਲਾਤਾ ਇਸੇ ਤਰ੍ਹਾਂ ਸਾਥੀਓ ਅੱਜ ਤੋਂ 5 6 ਮਹੀਨੇ ਪਹਿਲਾਂ ਇੱਕ ਆਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਨਸ਼ਾ ਰੋਕਣ ਵਾਲਾ ਬਾਬਾ ਨਰਿੰਦਰ ਸਿੰਘ ਮਾਨ ਬਟਾਲੇ ਵਾਲਾ ਉਹ ਇੱਕ ਕਿਸੇ ਪਗੜੀਧਾਰੀ ਆਤਵਾਦੀ ਨੂੰ ਕਹਿ ਰਿਹਾ ਆ ਕਿ ਤੂੰ ਪੰਗ ਆਪ ਪੀ ਸਕਦਾ ਹੈ ਜਾਂ ਜੰਗਸੇਖ ਹੋ ਕੇ ਲੇਕਿਨ ਤੂੰ ਵੇਚ ਨਹੀਂ ਸਕਦਾ ਤੇ ਉਸ ਵਿਅਕਤੀ ਨੇ ਜੋ ਸ਼ਾਇਦ ਕਿਸੇ ਸਰਕਾਰ ਦਾ ਅਕਾਲੀਆਂ ਦਾ ਪਿੱਠੂ ਹੋਏਗਾ ਜਾਂ ਮਜੀਠੀਏ ਦਾ ਕੋਈ ਚੇਲਾ ਹੋਏਗਾ ਜਿਹੜਾ ਮਜੀਠੀਏ ਨੇ ਛੇਵਾਂ ਦਰਿਆ ਨਸ਼ੇ ਦਾ ਵਹਾਇਆ ਪੰਜਾਬ 'ਚ ਉਸੇ ਰਾਹ ਤੇ ਚੱਲ ਕੇ ਤੇ ਭੰਗ ਵੇਚਣ ਦਾ ਆਪਣਾ ਧੰਦਾ ਚਲਾ ਕੇ ਅਮੀਰ ਬਣਨਾ ਚਾਹਦਾ ਹੋਊਗਾ ਮੈਂ ਇਨਾ ਬਾਦਲਾ ਵਾਂਗੂ ਜਾਂ ਮਜੀਠੀਏ ਵਾਂਗੂ ਉਸ ਵਿਅਕਤੀ ਦੀ ਆਡੀਓ ਵਾਇਰਲ ਹੋਈ ਹੈ ਤੇ ਉਸ ਬਾਬਾ ਨਰਿੰਦਰ ਸਿੰਘ ਮਾਨ ਨੇ ਜਦੋਂ ਉਹਦੀ ਖਬਰ ਲਵਾ ਦਿੱਤੀ ਤੇ ਉਸ ਨੂੰ ਮਿਰਚਾਂ ਲੱਗੀਆਂ ਤੇ ਉਹਨੇ ਬਾਬਾ ਨਰਿੰਦਰ ਸਿੰਘ ਮਾਨ ਨੂੰ ਧਮਕੀਆਂ ਦਿੱਤੀਆਂ ਜੋ ਕਿ ਇੱਕ ਆਡੀਓ ਬਹੁਤ ਵਾਇਰਲ ਹੋਈ ਸੀ ਉਦੇ ਵਿੱਚ ਉਸਨੇ ਬਾਬਾ ਨਰਿੰਦਰ ਸਿੰਘ ਮਾਨ ਦਾ ਕਤਲ ਕਰਵਾ ਦਿੱਤਾ ਕਿ ਆ ਜਿਹੜੇ ਲੋਕ ਪੰਗ ਵੇਚਣ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੇ ਕਤਲ ਕਰਵਾਉਂਦੇ ਆ ਕਿ ਆ ਉਹ ਗੁਰਸੇਖ ਹੋ ਸਕਦੇ ਆ ਨਹੀਂ ਇਦਾਂ ਦੇ ਲੋਕਾਂ ਨੇ ਕਦੀ ਗਰੀਬਾਂ ਦੀਆਂ ਧੀਆਂ ਦੇ ਰੇਪ ਹੋਏ ਹੁਣ ਗਰੀਬਾਂ ਦੇ ਕਤਲ ਹੋਏ ਹੁਣ ਗਰੀਬਾਂ ਦੀਆਂ ਜ਼ਮੀਨਾਂ ਤੋਂ ਨਾਣਾੜੇ ਤੇ ਦੱਬੀਆਂ ਹੋਣ ਇਹਨਾਂ ਨੇ ਕਦੀ ਹਾ ਦਾ ਨਾਰਾ ਨਹੀਂ ਮਾਰਿਆ ਧਨਾਰ ਚੌਧਰੀਆਂ ਦੀਆਂ ਜ਼ਮੀਨਾਂ ਦੇ ਕਬਜ਼ੇ ਤੇ ਇਹਨਾਂ ਨੇ ਕਈ ਦਵਾਏ ਹੋਣੇ ਆ ਪਰ ਇਹਨਾਂ ਨੇ ਕਦੀ ਗਰੀਬ ਦੇ ਹੱਕ ਦੇ ਵਿੱਚ ਕਦੀ ਹਾ ਦਾ ਨਾਰਾ ਨਹੀਂ ਮਾਰਿਆ ਜੇ ਮਾਰਿਆ ਕਦੀ ਤੇ ਤੁਸੀਂ ਦੱਸੋ ਪੀ ਇਹਨਾਂ ਨੇ ਕਦੀ ਗਰੀਬਾਂ ਦੇ ਹੱਕ ਦੇ ਵਿੱਚ ਕੋਈ ਹਾ ਦਾ ਨਾਰਾ ਮਾਰਿਆ ਹੋਵੇ ਸੋ ਸਾਥੀਓ ਮੈਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਵਾਲੇ ਇਹਨਾਂ ਪਗੜੀ ਤਰੀ ਆਤਵਾਦੀਆਂ ਦੀ ਕੜੇ ਸ਼ਬਦਾ ਚ ਸਖਤ ਸ਼ਬਦਾ ਚ ਨਖੇਦੀ ਕਰਦਾ ਜਿਨ੍ਹਾਂ ਨੇ ਗਰੀਬ ਲਖਵਿੰਦਰ ਸਿੰਘ ਦਾ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ ਲਾ ਕੇ ਉਹਦਾ ਕਤਲ ਕਰ ਦਿੱਤਾ ਹੱਥ ਵੜ ਦਿੱਤਾ ਬੇਅਰਮੀ ਦੇ ਨਾਲ ਉਹਦੀ ਲੱਤ ਵੜ ਦਿੱਤੀ ਫਿਰ ਉਹਨੂੰ ਹਸਪਤਾਲ ਪਹੁੰਚਾਉਣ ਦੀ بجائے ਉਹਨੇ ਪਾਣੀ ਵੀ ਮੰਗਿਆ ਹੋਵੇਗਾ ਔਰ ਦਰਦਨਾਕ ਕੁਰਾ ਕਰ ਲਾਇਆ ਵੀ ਹੋਵੇਗਾ ਲੇਕਿਨ ਇਹਨਾਂ ਜ਼ਾਲਮਾਂ ਨੇ ਕਿੰਨਾ ਕਿਆ ਕਰੀ ਕੋਈ ਸਿੱਖ ਨਾ ਜ਼ਾਲਮ ਹੀ ਹੋ ਸਕਦਾ ਜਿਹੜੇ ਆਕਸੀਜਨ ਦੇ ਲੰਗਰ ਲਾਉਂਦੇ ਸੀਗੇ ਕੋਰੋਨਾ ਟਾਈਮ ਦੇ ਵਿੱਚ ਔਰ ਭੱਜ-ਭੱਜ ਕੇ ਮਨੁੱਖਤਾ ਦੀ ਸੇਵਾ ਕਰਦੇ ਸੀ ਕਿਆ ਕਿਆ ਇਹਨਾਂ ਦੀ ਸੋਚ ਤੁਸੀਂ ਸੋਚ ਕੇ ਦੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਲੜਾਈ ਲੜ ਰਹੇ ਸਨ ਤੇ ਭਾਈ ਕਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆਸੀ ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੂੰ ਇਹਨਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਉਣਾ ਤੇ ਗੁਰੂ ਸਾਹਿਬ ਨੇ ਕਿਹਾ ਭਾਈ ਕਨਈਆ ਜੀ ਨੇ ਕਿਹਾ ਸੀ ਕਿ ਮਹਾਰਾਜ ਮੈਨੂੰ ਤੇ ਇਹਨਾਂ ਚ ਕੋਈ ਦੁਸ਼ਮਣ ਨਹੀਂ ਨਜ਼ਰ ਆਉਂਦਾ ਮੈਨੂੰ ਸਭ ਚੋਂ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ ਸੋ ਕਿਹਾ ਇਹਨਾਂ ਦੀ ਜੇ ਸਾਡੇ ਗੁਰੂਆਂ ਦੀ ਭਾਈ ਕਨਈਆ ਜੀ ਦੀ ਸੋਚ ਇੰਨੀ ਖੂਬਸੂਰਤ ਹੈ ਕਿ ਇਹਨਾਂ ਪਗੜੀ ਤਰੀ ਅਤਵਦੀਆਂ ਦੀ ਨਹੀਂ ਹੋ ਸਕਦੀ ਇਹ ਏਜੰਸੀਆਂ ਦੇ ਇਸ਼ਾਰੇ ਦੇ ਉੱਤੇ ਇਹਨਾਂ ਵਿਕੇ ਹੋਏ ਲੋਕਾਂ ਨੇ ਕਿਸਾਨੀ ਸੰਘਰਸ਼ ਨੂੰ ਟਾਲਉਣ ਵਾਸਤੇ ਇਹ ਘਟਨਾ ਨੂੰ ਅੰਜਾਮ ਦਿੱਤਾ ਆ ਔਰ ਕਿਸਾਨ ਆਗੂਆਂ ਨੇ ਵੀ ਪੱਲਾ ਝੜਿਆ ਆ ਕਿ ਇਹਨਾਂ ਦੇ ਨਾਲ ਕੋਈ ਸਬੰਧ ਨਹੀਂ ਆ ਇਸ ਤਰ੍ਹਾਂ ਦੇ ਲੋਕਾਂ ਨੇ ਪਹਿਲਾਂ ਵੀ ਲੋਕਾਂ ਦੇ ਹੱਥ ਵੱਡੇ ਆ ਤੇ ਕਿਸਾਨੀ ਆਗੂ ਉਗਰਾਹਾਂ ਨੇ ਇੱਕ ਨਿਜੀ ਚਲਣ ਨੂੰ ਇਹ ਬਿਆਨ ਦਿੱਤਾ ਆ ਕਿ ਉਹ ਇਹਨਾਂ ਨੇ ਪਹਿਲਾਂ ਵੀ ਲੋਕਾਂ ਦੇ ਹੱਥ ਪੈਰ ਵੱਡੇ ਆ ਲੇਕਿਨ ਉਹ ਕਦੀ ਖਬਰਾਂ ਨਹੀਂ ਬਣ ਸਕੀਆਂ ਕਿਉਂਕਿ ਉੱਥੇ ਨੱਟ ਬੰਦਿਆ ਤੇ ਇਧਰ ਨੂੰ ਖਬਰਾਂ ਆਉਂਦੀਆਂ ਨਹੀਂ ਆ ਉਗਰਾਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਇਹਨਾਂ ਦੇ ਕਈ ਫੈਸਲੇ ਕਰਵਾ ਚੁੱਕੇ ਆ ਸੋ ਇਦਾਂ ਦੇ ਹੱਤਵਾਦੀ ਜਿਹੜੇ ਕਿਸਾਨੀ ਸੰਘਰਸ਼ ਨੂੰ ਢਾਲ ਆ ਰਹੇ ਆ ਬਾਹਰੋਂ ਫੰਡਿੰਗ ਮੰਗੌਣ ਦੇ ਚੱਕਰ 'ਚ ਹੀਰੋ ਬਣਨ ਦੇ ਚੱਕਰ 'ਚ ਇਹਨਾਂ ਨੇ ਆਪਣੇ ਨਾਲ ਰਹਿੰਦੇ ਹੋਏ ਇੱਕ ਗਰੀਬ ਮਲਬੀ ਸਿੱਖ ਮੈਂ ਉਹਨੂੰ ਜਾਤਾਂ ਨਾਲ ਨਹੀਂ ਜੋੜਨਾ ਚਾਹੁੰਦਾ ਪਰ ਮੈਂ ਦੱਸਣਾ ਦੱਸਣਾ ਮੇਰਾ ਫਰਜ਼ ਬਣਦਾ ਚੀਮਾ ਕਲਾ ਦਾ ਇੱਕ ਗਰੀਬ ਉਹ ਵਿਅਕਤੀ ਉਹਦੀ ਕੋਈ ਵੀ ਜਾਤ ਉਹ ਗਰੀਬ ਦਾ ਕੋਈ ਧਰਮ ਜਾਂ ਕੋਈ ਜਾਤ ਨਹੀਂ ਹੁੰਦੀ ਇਹਨਾਂ ਨੇ ਆਪਣੇ ਨਾਲ ਤਿੰਨ ਚਾਰ ਦਿਨ ਰਹਿ ਰਹੇ ਉਸ ਗਰੀਬ ਦਾ ਬੇਅਦਬੀ ਦਾ ਇਲਜ਼ਾਮ ਲਾ ਕੇ ਕਤਲ ਕਰ ਦਿੱਤਾ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਸਿੱਖੀ ਸ਼ਰਮਸਾਰ ਹੋਈ ਹੈ 35 ਮਹਾਪੁਰਸ਼ਾਂ ਦੀ ਬਾਣੀ ਉਹ ਵੀ ਕਿਤੇ ਨਾ ਕਿਤੇ ਸ਼ਰਮਸਾਰ ਹੋਈ ਹੈ ਜਿਨ੍ਹਾਂ ਨੇ ਗਰੀਬਾਂ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਗਰੀਬਾਂ ਲਈ ਬੰਦ-ਬੰਦ ਕਟਵਾਏ ਔਰ ਸੰਗਤ ਪੰਗਤ ਬਾਟਾ ਸਰੋਵਰ ਇੱਕ ਕਰਨ ਦੇ ਚੱਕਰ ਚ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੇ ਚਾਰ ਪੁੱਤਵਾਰੇ ਤੇ ਉਹਨਾਂ ਨੇ ਬਾਟਾ ਵੱਖਰਾ ਨਹੀਂ ਕੀਤਾ ਇਹ ਉਹੀ ਕੜਮ ਚੌਧਰੀ ਨੇ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਬਾਟੇ ਵੀ ਵੱਖੋ-ਵੱਖਰੇ ਕਰਕੇ ਗਰੀਬ ਸਿੱਖਾਂ ਦਾ ਸ਼ੋਸ਼ਣ ਕਰਦੇ ਆ ਉਹਨਾਂ ਦੇ ਨਾਲ ਵਿਤਕਰਾ ਕਰਦੇ ਆ ਅਸੀਂ ਸਤਕਾਰ ਕਮੇਟੀ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਦੇ ਆ ਕਿ ਆਪ ਜੀ ਇੱਕ ਤਖਤ ਦੇ ਗੁਰੂ ਸਾਹਿਬ ਜੀ ਦੇ ਸੇਵਾਦਾਰੋ ਬੇਨਤੀ ਹੈ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣੀ ਆ ਤੇ ਗਲੀ ਗਲੀ ਮਹੱਲਿਆਂ ਦੇ ਵਿੱਚ ਸਕੂਲ ਹੋਣੇ ਚਾਹੀਦੇ ਆ ਪਰ ਆ ਜਿਹੜੇ ਗੁਰੂ ਘਰ ਬਣਾ ਕੇ ਲੋਕਾਂ ਦੇ ਬਿਜ਼ਨਸ ਸੈਂਟਰ ਬਣਾ ਕੇ ਗੋਲਕਾਂ ਦਾ ਪੈਸਾ ਖਾ ਰਹੇ ਆ ਇਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਗੁਰੂਕਰ ਜਿਹੜੇ ਵੱਡੇ ਤਖਤ ਨੇ ਉਹ ਹੋਣੇ ਚਾਹੀਦੇ ਆ ਜਾਂ ਇੱਕ ਪਿੰਡ ਚ ਸਿਰਫ ਇੱਕੋ ਗੁਰਦੁਆਰਾ ਇੱਕ ਸ਼ਮਸ਼ਾਨ ਘਾਟ ਹੋਣਾ ਚਾਹੀਦਾ ਆ ਔਰ ਉਹਦੀ ਕਮੇਟੀ ਦੇ ਵਿੱਚ ਹਰ ਵਰਗ ਦੇ ਹਰ ਜਾਤ ਦੇ ਲੋਕ ਵੈਸੇ ਸਿੱਕ ਦੀ ਕੋਈ ਜਾਤ ਨਹੀਂ ਪਰ ਫਿਰ ਵੀ ਜਿਹੜਾ ਸਿਸਟਮ ਬਣਿਆ ਉਹਦੇ ਅਕੋਰਡਿੰਗ 11 ਮੈਂਬਰੀ ਕਮੇਟੀ ਆ ਤੇ ਹਰ ਵਰਗ ਦਾ ਹਰ ਵਰਗ ਦਾ ਵਿਅਕਤੀ ਉਸ ਕਮੇਟੀ ਦੇ ਵਿੱਚ ਹੋਣਾ ਚਾਹੀਦਾ ਆ ਸੋ ਬੇਂਤੀਆਂ ਨੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਤ ਵੀ ਰੋਕਣੀ ਆ ਤੇ ਸਾਨੂੰ ਚੁੱਕਣੇ ਹੋਣਾ ਪਏਗਾ ਜਿਹੜੇ ਧੜਾ ਧੜ ਗਲੀਆਂ ਦੇ ਵਿੱਚ ਬਿਜ਼ਨਸ ਸੈਂਟਰ ਦੀ ਚਲਾਉਣ ਦੀ ਖਾਤਰ ਗੋਲਕਾ ਖਾਨ ਦੀ ਖਾਤਰ ਜਿਹੜੇ ਲੋਕ ਗੁਰੂ ਘਰ ਤੇ ਲਾਟਰ ਬਣਾ ਰਹੇ ਆ ਇਹਨਾਂ ਦੇ ਉੱਤੇ ਲਕਾਮ ਲਾਈ ਜਾਵੇ ਤੇ ਤਾਂ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੁਕੇਗੀ ਸੋ ਮੈਂ ਆਪਣੇ Hindu ਭਰਾਵਾਂ ਨੂੰ ਬੇਨਤੀ ਕਰਦਾ ਮੁਸਲਮਾਨ ਭਰਾਵਾਂ ਨੂੰ ਐਸਸੀਬੀਸੀ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਕਿ ਵੀਰੋ ਆਪਣਾ ਬਚਾਅ ਆਪ ਕਰਨਾ ਆ ਕਿਉਂਕਿ ਅੱਜ ਕੱਲ੍ਹ ਸਿੱਖੀ ਜਿਹੜੀ ਮਨੁੱਖਤਾ ਦੀ ਬਿਹਤਰੀ ਲਈ ਜਿਹੜੇ ਮਹਾਪੁਰਸ਼ਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਪਰ ਅੱਜ ਕੱਲ੍ਹ ਧਰਮ ਦੇ ਟੇਕੇਦਾਰਾਂ ਨੇ ਬੇਅਦਬੀਆਂ ਦੇ ਇਲਜ਼ਾਮ ਲਾ ਕੇ ਲੋਕਾਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ ਆ ਸੋ ਬੇਨਤੀ ਇਹੀ ਆ ਆਪਣਾ ਬਚਾਅ ਆਪ ਕਰੋ ਗੁਰੂ ਘਰ ਅਥਿੱਤੇ ਜਣਾਇਆ ਤੇ ਵੱਡੇ ਤਖਤ ਜਿਹੜੇ ਨੇ ਵੱਡੇ ਗੁਰੂ ਘਰ ਨੇ ਉੱਥੇ ਜਾਓ ਉੱਥੇ ਨਾ ਤਾਂ ਕੋਈ ਵਿਤਕਰਾ ਹੁੰਦਾ ਆ ਤੇ ਨਾ ਹੀ ਕੋਈ ਇਸ ਤਰ੍ਹਾਂ ਦੀ ਘਟਨਾ ਘਟ ਸਕਦੀ ਹੈ ਕਿਉਂਕਿ ਉੱਥੇ ਉਥੇ ਬਹੁਤ ਸਾਰੇ ਟਾਸਕ ਫੋਰਸਾਂ ਵੀ ਬਣੀਆਂ ਹੁੰਦੀਆਂ ਸিসিਟੀਵੀ ਕੈਮਰੇ ਵੀ ਲੱਗੇ ਹੁੰਦੇ ਆ ਬਾਈ ਆਪਣਾ ਬਚਾਅ ਆਪ ਕਰ ਲਿਗੇ ਅੱਜ ਤੋਂ ਮੈਨੂੰ ਲੱਗਦਾ ਹੈ ਕਿ ਮੈਂ ਵੀ ਕਿਉਂਕਿ ਮੈਂ ਸੱਚ ਬੋਲਦਾ ਹਾਂ ਸੋਸ਼ਲ ਮੀਡੀਆ ਤੇ ਬੋਲਦਾ ਹਾਂ ਅਕਸਰ ਆਪਜੀ ਬਹੁਤ ਪਿਆਰ ਦਿੱਤੇ ਹੋ ਤੇ ਵੀਡੀਓਜ਼ ਨੂੰ ਵਾਇਰਲ ਕਰਦੇ ਹੋ ਮੈਨੂੰ ਇਸ ਗੱਲ ਦਾ ਡਰ ਪੈ ਗਿਆ ਹੈ ਕਿ ਕਿਤੇ ਮੈਂ ਕਿਸੇ ਗੁਰੂ ਘਰ ਦੇ ਵਿੱਚ ਮੱਠਾ ਟੇਕਣ ਗਿਆ ਤੇ ਕਿਤੇ ਮੇਰੇ ਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਕਿਤੇ ਕੱਲ ਨੂੰ ਮੇਰਾ ਹੀ ਨਾ ਕਤਲ ਕਰ ਦੇਣ ਕਿਉਂਕਿ ਮੇਰੇ ਤੇ 22 ਪਰਚੇ ਦਰਜ ਕਰਵਾਏ ਗਏ ਨੇ ਸਾਥੀਓ ਨੌ ਹਮਲੇ ਮੈਨੂੰ ਮਰਵਾਉਣ ਵਾਸਤੇ ਕਰਵਾਏ ਗਏ ਨੇ ਮੈਂ ਸੱਚ ਦੀ ਗੱਲ ਕਰਦਾ ਆ ਗਰੀਬਾਂ ਦੀ ਮਜ਼ਦੂਰਾਂ ਦੇ ਹੱਕ ਦੀ ਗੱਲ ਕਰਦਾ ਆ ਸੋਚ ਕੇ ਦੇਖੋ ਕਿ 22 ਪਰਚੇ ਪਰ ਜੇ ਮੈਨੂੰ 바ਵਾ ਸਾਹਿਬ ਡਾਕਟਰ ਭੀਮਰਾਓ ਮੇੜਕਰ ਜੀ ਦੇ ਸੰਵਿਧਾਨ ਤੇ ਭਰੋਸਾ ਆ ਜੇ ਮੈਂ ਸੱਚਾ ਆ ਤੇ ਇੱਕ ਵੀ ਪਰਚੇ ਦੇ ਵਿੱਚ ਮੇਰਾ ਨਾਮ ਨਹੀਂ ਆ ਸਾਰੇ ਪਰਚੇ ਮੈਂ ਕੈਨਸਲ ਕਰਵਾਏ ਉਹ ਇਸ ਕਰਕੇ ਨਹੀਂ ਮੈਂ ਕੋਈ ਪੈਸਾ ਟੇਲਾ ਮੇਰੇ ਕੋਈ ਮੈਂ ਕੋਈ ਪੈਸਾ ਟੇਲਾ ਦੇ ਕੇ ਨਹੀਂ ਉਹ ਪਰਚੇ ਧਾੜ ਲੋਕਾਂ ਨੇ ਮੇਰੇ ਤੇ ਕਰਾਏ ਸੀ ਮੇਰੀ ਆਵਾਜ਼ ਦਬਣ ਵਾਸਤੇ ਅਗਰ ਮੈਂ ਸੱਚਾ ਸੀ ਤੇ ਇੱਕ ਵੀ ਪਰਚਾ ਮੇਰੇ ਨਾਮ ਤੇ ਨਹੀਂ ਆ ਜਦ ਕਿ 22 ਪਰਚੇ ਮੇਰੇ ਨਾਮ ਤੇ ਉੱਤੇ ਮੇਰੀ ਆਵਾਜ਼ ਦਬਾਉਣ ਵਾਸਤੇ ਮਿਲ ਘਰਮ ਚੋਧਰੀਆ ਵੱਲੋਂ ਕਰਵਾਏ ਗਏ ਸੀਗੇ ਆਹ ਸਾਹਮਣੇ ਬੈਠਾ ਸ਼ਰਿਆਮ ਬੈਠਾ ਹੈ ਤੁਹਾਡੇ ਸਾਹਮਣੇ ਇਹ ਤੁਹਾਡੇ ਸਾਥ ਦੀ ਬਦੌਲਤ ਸੱਚ ਦੇ ਉੱਤੇ ਚੱਲਦਾ ਆ ਤੇ ਕਹਿੰਦੇ ਆ ਗੁਰਬਾਣੀ ਕਹਿੰਦੀ ਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਨੌ ਹਮਲੇ ਮੈਨੂੰ ਮਰਵਾਉਣ ਵਾਸਤੇ ਕਰਵਾਏ ਗਏ ਆ ਆ ਬੈਠਾ ਆ ਤੁਹਾਡੇ ਸਾਹਮਣੇ ਜਿਨ੍ਹਾਂ ਲੋਕਾਂ ਨੇ ਹਮਲੇ ਕਰਵਾਏ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਜਿਨ੍ਹਾਂ ਨੇ ਮੇਰੇ ਤੇ ਪਰਚੇ ਕਰਵਾਏ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ 22 ਪਰਚੇ ਮੇਰੀ ਆਵਾਜ਼ ਨੂੰ ਦਬਾ ਨਹੀਂ ਸਕਦੇ 9 ਹਮਲੇ ਮੇਰੇ ਤੇ ਤੁਸੀਂ ਮੈਨੂੰ ਮਰਵਾਉਣ ਲਈ ਕੀਤੇ ਆ ਮੈਨੂੰ ਤੁਸੀਂ ਅਕਾਲ ਪੁਰਖ ਨਾ ਮਾਰੇ ਬੰਦੇ ਦੇ ਹੱਥੋਂ ਨਹੀਂ ਮੈਂ ਮਰਦਾ ਹਾਂ ਜਿੱਦਣ ਮਰਨਾ ਉਹਦੋਂ ਇੱਕੋ ਵਾਰੀ ਮਰਨਾ ਪਤਾ ਨਹੀਂ ਕਿਹਦੇ ਹੱਥੋਂ ਲਿਖਿਆ ਮਰਨਾ ਕੋਈ ਗੱਲ ਨਹੀਂ ਮਰਨ ਤੋਂ ਨਹੀਂ ਅਸੀਂ ਡਰਦੇ 22 ਪਰਚਿਆਂ ਦੀ ਬਜਾਏ ਤੁਸੀਂ ਮੇਰੇ ਤੇ 2200 ਪਰਚੇ ਕਰਵਾਓ ਮੈਂ ਇੱਤਾ ਹੀ ਬੋਲਦਾ ਰਹੂੰਗਾ ਮੈਂ ਕਦੀ ਪਿੱਛੇ ਨਹੀਂ ਹਟੂੰਗਾ ਗਰੀਬਾਂ ਦੇ ਹੱਕ 'ਚ ਮਜ਼ਦੂਰਾਂ ਦੇ ਹੱਕ 'ਚ ਮੈਂ ਬੋਲਦਾ ਰਹੂੰਗਾ ਸੱਚ ਦੇ ਰਾਹ ਤੇ ਚੱਲਦਾ ਰਹੂੰਗਾ ਯਾਰ ਗਰੀਬਾਂ ਦਾ ਬਾਪੂ ਨਾਨਕ ਸੀ ਤੇ ਬਾਪੂ ਨਾਨਕ ਦੀ ਸੋਚ ਤੇ ਪਹਿਰਾ ਧਾਵਾਂਗੇ ਸੋ ਸਾਥੀਓ ਆਪਣਾ ਬਚਾਓ ਆਪ ਕਰੋ ਮੈਨੂੰ ਹੁਣ ਮੈਨੂੰ ਕਿਸੇ ਗੁਰੂ ਘਰ ਮੈਂ ਇੱਕ ਸਿੱਖ ਹਾਂ ਮੈਂ ਇੱਕ ਸਿੱਖ ਹਾਂ ਗੁਰੂ ਦਾ ਮੇਰੇ ਕੋਲ ਕੁਰਬਾਨੀ ਸਰਚਰ ਦੇ ਵਿੱਚ ਕੁਰਬਾਨੀ ਆ ਮੈਂ ਇੱਥੇ ਕੁਰਬਾਨੀ ਪੜਦਾ ਮੈਂ ਉਹਨੂੰ ਹੀ ਨਮਸਕਾਰ ਕਰਦਾ ਆ ਅੱਜ ਤੋਂ ਮੈਂ ਕਿਸੇ ਗੁਰੂ ਘਰ ਦੇ ਵਿੱਚ ਨਹੀਂ ਜਾਵਾਂਗਾ ਮੈਨੂੰ ਡਰ ਲੱਗਦਾ ਮੈਂ ਇੱਕ ਸਿੱਖ ਹੋ ਕੇ ਡਰ ਰਿਹਾ ਕਿ ਮੇਰੇ ਤੇ ਕਿਤੇ ਕਿਸੇ ਗੁਰੂ ਘਰ ਦੇ ਵਿੱਚ ਬੇਤਵੀ ਦਾ ਇਲਜ਼ਾਮ ਲਾ ਕੇ ਕਿਤੇ ਮੇਰਾ ਕਤਲ ਨਾ ਕਰਵਾ ਦਿੱਤਾ ਜਾਵੇ ਕਿਉਂਕਿ ਵਿਰੋਧੀਆਂ ਨੇ 9 ਹਮਲੇ ਕੀਤੇ ਮੈਨੂੰ ਮਰਵਾਉਣ ਵਾਸਤੇ ਬੱਤ ਮੈਂ ਅਕਾਲ ਪੁਰਖ ਦੀ ਕਿਰਪਾ ਨਾਲ ਤੇ ਆਪਣੇ ਜੰਮ ਦੇ ਨਾਲ ਔਰ ਮੇਰੇ 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 ਸਰਦਾਰ ਨੇ ਜੋ ਮੈਨੂੰ ਇਜਾਜ਼ਤ ਦਿੱਤੀ ਆ ਕਿ ਮੈਂ ਆਪਣਾ ਬਚਾਅ ਕਰਨ ਵਾਸਤੇ ਮੈਂ ਆਪਣਾ ਲਾਇਸੈਂਸੀ ਹਥਿਆਰ ਰੱਖ ਸਕਦਾ ਉਹ ਮੇਰੀ ਬਚਾਅ ਕਰਦਾ ਆ ਮੇਰੀ ਸੂਝ-ਬੂਝ ਤੇ ਚਲਾਕੀ ਨੇ ਮੈਨੂੰ ਬਚਾਇਆ ਹੋਇਆ ਮੈਂ ਯਾਰਾਂ ਦਾ ਯਾਰਾਂ ਤੇ ਚੋ ਦੁਸ਼ਮਣ ਨੇ ਤੇ ਉਹਨਾਂ ਨੂੰ ਦੁਸ਼ਮਣ ਬਣ ਕੇ ਹੀ ਟੱਕਰ ਦਾਨ ਸੋ ਸਾਥੀਓ ਤੁਹਾਡਾ ਵੀਰ ਆ ਤੁਹਾਡੇ ਸਾਹਮਣੇ ਬੈਠਾ ਸ਼ਰਿਆਮ ਘੁੰਮਦਾ ਕੱਲਾ ਜਾਂਦਾ ਜਿੱਥੇ ਜਾਂਦਾ ਕਿਉਂਕਿ ਮਰਨਾ ਇੱਕੋ ਵਾਰੀ ਆ ਜਿਹੜੇ ਕਾਇਰ ਲੋਕ ਨੇ ਉਹ ਹਰ ਰੋਜ਼ ਮਰਦੇ ਨੇ ਲੇਕਿਨ ਜਿਹੜਾ ਯੋਧਾ ਔਰ ਸੂਰਮਾ ਹੁੰਦਾ ਆਪਣੇ ਮਹਾਪੁਰਸ਼ਾਂ ਦੀ ਸੋਚ ਤੇ ਪਹਿਰਾ ਦਿੰਦਾ ਉਹ ਇੱਕੋ ਵਾਰੀ ਮਰਦਾ ਚੜਖੜੀਆਂ ਦੇ ਉੱਤੇ ਐਵੇਂ ਨਹੀਂ ਚੜਿਆ ਗਿਆ ਸੀ ਕਿਉਂਕਿ ਮਹਾਪੁਰਸ਼ਾਂ ਦੀ ਸੋਚ ਨਾਲ ਸੀ ਗੁਰਬਾਣੀ ਦੀ ਤਾਕਤ ਨਾਲ ਸੀ ਇਸੇ ਕਰਕੇ ਹੀ ਬੰਦ-ਬੰਦ ਘਟਵਾਏ ਖੋਪੜੀਆਂ ਲੁਵਾਈਆਂ ਔਰ ਅੱਗ ਲਾ ਕੇ ਰੂਣ ਦੇ ਨਾਲ ਔਰ ਜਿਹੜੇ ਕੋਲੂਸਗੇ ਉਹਨਾਂ ਦੇ ਵਿੱਚ ਪਸਵਾਏ ਗਏ ਉਹਨਾਂ ਲੋਕਾਂ ਦੇ ਨਾਲ ਗੁਰਬਾਣੀ ਦੀ ਤਾਕਤ ਸੀ ਉਹ ਇੱਕੋ ਵਾਰੀ ਮਰੇ ਆ ਤੇ ਮਰਨਾ ਆਪ ਸਾਰਿਆਂ ਨੇ ਇੱਕੋ ਵਾਰੀ ਆ ਮਰਨ ਦੀ ਪ੍ਰਵਾਹ ਨਹੀਂ ਚਿੰਤਾ ਨਹੀਂ ਕੋਈ ਹੱਕ ਸੱਚ ਦੇ ਲਈ ਹੋ ਸਕਦਾ ਹੋ ਸਕਦਾ ਕਿ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਉਹ ਸ਼ਾਇਦ ਮੈਂ ਉਦੋਂ ਤੱਕ ਜਿਉਂਦਾ ਹੀ ਨਾ ਹੋਵਾਂ ਲੇਕਿਨ ਮੈਂ ਲਾਈਵ ਚੱਲ ਰਿਹਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅਗਰ ਇਸ ਦੁਨੀਆ ਤੇ ਰਵਾਂ ਨਾ ਰਵਾਂ ਲੇਕਿਨ ਅਸੀਂ ਉਹ ਲਹਿਰ ਚਲਾ ਦਿੱਤੀ ਆ ਗਰੀਬ ਲੋਕਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਆ ਉਹ ਗਰੀਬ ਜਿਹੜਾ ਆ ਉਹ ਗਿੱਲਾ ਬਾਰੂਦ ਆ ਉਸ ਬਾਰੂਦ ਨੂੰ ਅਸੀਂ ਗੁਰੂਆਂ ਦੀ ਸੋਚ ਦੇ ਨਾਲ ਬਾਣੀ ਦੇ ਨਾਲ ਔਰ ਆਪਣੇ ਸੰਵਿਧਾਨ ਦੇ ਨਾਲ ਅਸੀਂ ਉਹਨਾਂ ਨੂੰ ਜਗਾਉਣਾ ਸ਼ੁਰੂ ਕਰਤਾ ਆ ਉਸ ਗਿੱਲੇ ਬਾਰੂਦ ਨੂੰ ਅਸੀਂ ਸਿਕਾ ਦਿੱਤਾ ਆ ਸਾਨੂੰ ਯਕੀਨ ਹੈ ਮੈਂ ਅਗਰ ਜਿਉਂਦਾ ਨਾ ਰਿਹਾ ਕਦੀ ਅਗਰ ਮੈਂ ਕਦੀ ਜਿਉਂਦਾ ਨਾ ਰਿਹਾ ਲੇਕਿਨ ਮੇਰੀ ਵਿਚਾਰਧਾਰਾ ਮੇਰੀ ਸੋਚ ਮੇਰੇ ਗੁਰੂਆਂ ਦੇ ਉੱਤੇ ਮੇਰੇ ਮੇਰੀ ਸੋਚ ਮੇਰੇ ਗੁਰੂਆਂ ਨੂੰ ਫੋਲੋ ਕਰਦੀ ਆ ਆਪਣੇ 35 ਮਹਾਂਪੁਰਸ਼ਾਂ ਨੂੰ ਫੋਲੋ ਕਰਦੀ ਆ ਭਗਵਾਨ ਵਾਲੇ ਬਿੱਖੀ ਨੂੰ ਫੋਲੋ ਕਰਦੀ ਆ ਸਤਿਗੁਰੂ ਰਵਿਦਾਸ ਜੀ ਨੂੰ 35 ਮਹਾਪੁਰਸ਼ ਜੋ ਗੁਰੂ ਗ੍ਰੰਥ ਸਾਹਿਬ ਚ ਵਿਰਾਜਮਾਨ ਨੇ ਸਤਿਗੁਰੂ ਰਵਿਦਾਸ ਜੀ ਵੀ ਵਗ ਚ ਵਿਰਾਜਮਾਨ ਨੇ ਉਹਨਾਂ ਦੇ ਸੋਚ ਦੇ ਉੱਤੇ ਅਸੀਂ ਪੈਰਾ ਦੇ ਰਹੇ ਆ ਡਾਕਟਰ 바ਵਾ ਸਾਹਿਬ ਭੀਮਰਾਓ ਮੇੜਕਰ ਜੀ ਦੀ ਸੋਚ ਦੇ ਉੱਤੇ ਪੈਰਾ ਦੇ ਰਹੇ ਆ ਔਰ ਸਾਨੂੰ ਕੋਈ ਡਰ ਨਹੀਂ ਅਸੀਂ ਉਸ ਅਕਾਲ ਪੁਰਖ ਤੋਂ ਡਰਦੇ ਆ ਉਸ ਤੋਂ ਇਲਾਵਾ ਅਸੀਂ ਬੰਦੇ ਤੋਂ ਕਿਸੇ ਤੋਂ ਨਹੀਂ ਡਰਦੇ ਔਰ ਬੰਦੇ ਦੀ ਕੀ ਮਜ਼ਾਲ ਆ ਕਿ ਉਹ ਕਿਸੇ ਦਾ ਕੁਝ ਵਿਗਾੜ ਦੇਵੇ ਸਰੀਰ ਸਭ ਦੇ ਕੱਚ ਦੇ ਆ ਸਰੀਰ ਸਭ ਦੇ ਇੱਕੋ ਜਿਹਾ ਸਤਿ ਆਤਿਓ ਹਿੰਮਤ ਨਹੀਂ ਹਾਰਨੀ ਗਰੀਬਾਂ ਨੇ ਕਦੀ ਦਬਣਾ ਨਹੀਂ ਆ ਤੁਹਾਡਾ ਮਾਣ ਮਾਣ ਮੱਤਾ ਇਤਿਹਾਸ ਆ ਤੁਹਾਡੇ ਉੱਤੇ ਅਗਰ ਮੇਰੇ ਤੇ 22 ਪਰਚੇ ਕਰਵਾ ਕੇ ਮੇਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਨਹੀਂ ਦਬਾ ਸਕੇ ਵਿਰੋਧੀ ਮੇਰੇ ਤੇ 9 ਹਮਲੇ ਕਰਵਾ ਕੇ ਮੇਰੀ ਆਵਾਜ਼ ਨਹੀਂ ਦਬਾ ਸਕੇ ਇਹਨਾਂ ਸੋਚਿਆ ਵੀ ਡਰ ਜਾਊਗਾ ਮੈਂ ਹੋਰ ਖੁੱਲ ਕੇ ਬੋਲਿਆ ਹੋਰ ਹੌਸਲਾ ਵਧਿਆ ਮੇਰਾ ਹੋਰ ਝਗੜਾ ਵਧਿਆ ਮੇਰਾ ਮੈਂ ਇਹਨਾਂ ਇਹਨਾਂ ਦੁੱਖੀ ਦੇ ਬੰਦਿਆਂ ਤੋਂ ਮੈਂ ਨਹੀਂ ਡਰਦਾ ਇਦੋਟਾ ਕਿਤੇ ਪੰਦੇਆ ਤੋਂ ਮੈਨੂੰ ਨਹੀਂ ਡਰਦਾ ਐ ਗਰੀਬੋ ਐ ਮਜ਼ਦੂਰੋ ਤੁਹਾਡਾ ਮਾਣ ਮੱਤਾ ਇਤਿਹਾਸਾ ਤੁਸੀਂ ਇਸ ਦੇਸ਼ ਦੇ ਰਾਜੇ ਆ ਤੁਹਾਡੇ ਪੁਰਖਿਆਂ ਨੇ ਖੂਨ ਰੋੜਿਆ ਆ ਇਹ ਲੋਕ ਜੋ ਗੱਤਾਰ ਲੋਕ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਤਨਖਾਹ ਮੰਗੀਆਂ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਧੋਖਾ ਦਿੱਤਾ ਛੱਡ ਕੇ ਭੱਜੇ ਔਰ ਜਿਨ੍ਹਾਂ ਨੇ ਮੁਕਬਰੀਆਂ ਕਰਕੇ ਚਮਕੌਰੇ ਜੱਟ ਵਰਗੇ ਨੇ ਗੁਰੂ ਸਾਹਿਬ ਦਾ ਦੱਸਿਆ ਕਿ ਗੁਰੂ ਸਾਹਿਬ ਉਹਨਾਂ ਦੀ ਘੜੀ ਦੇ ਵਿੱਚ ਇਹਨੇ ਲਕੋ ਦਿੱਤੇ ਆ ਉਹਨਾਂ ਦੀ ਮੁਖਵਰੀ ਕੀਤੀ ਗਈ ਮੁਗਲਾਂ ਦੇ ਕੋਲ ਇਹ ਲੋਕਾਂ ਦਾ ਇਤਿਹਾਸ ਬਹੁਤ ਬਹੁਤ ਜ਼ਿਆਦਾ ਗਦਾਰੀਆਂ ਨਾਲ ਭਰਿਆ ਹੋਇਆ ਬਹੁਤ ਜਲਦੀ ਜੱਲਿਆਂ ਵਾਲਾ ਬਾਗ 1919 ਵਿਸਾਖੀ ਵਾਲੇ ਦਿਨ ਜੋ ਹਰਮਨ ਜੱਲਿਆਂ ਵਾਲੇ ਬਾਗ 'ਚ ਜੋ ਘਟਨਾ ਕੱਟੀ ਸੀ ਉਹਦਾ ਮੈਂ ਤੁਹਾਡੇ ਸਾਹਮਣੇ ਸੱਚ ਲੈ ਕੇ ਆਵਾਂਗਾ ਜਸਦੇਵ ਸਿੰਘ ਦਸੋਂ ਵਾਲੇ ਖੁੰਦੇ ਸੀ ਉਹ ਹੁਣ ਇਸ ਦੁਨੀਆ 'ਚ ਨਹੀਂ ਆ ਪ੍ਰੋਫੈਸਰ ਮੋਨ ਸਿੰਘ ਉਹ ਇੱਕ ਮੇਲਾ ਕਰਾਉਂਦੇ ਹੁੰਦੇ ਸਿੱਗੇ ਪੰਜਾਬੀ ਪਵਨ ਚ ਜਸਦੇਵ ਸਿੰਘ ਜਸੋਵਾਲ ਨੇ ਪਾਰਲੀਮੈਂਟ ਦੇ ਵਿੱਚ ਇੱਕ ਮੁੱਦਾ ਚੁੱਕਿਆ ਸੀ ਉਹ ਮੁੱਦਾ ਜੱਲਿਆਂ ਵਾਲੇ ਬਾਗ ਦਾ 19 1919 ਵਿਸਾਖੀ ਵਾਲੇ ਦਿਨ ਕਿਹੜੇ ਲੋਕਾਂ ਦਾ ਕਤਲ ਕੀਤਾ ਗਿਆ ਸੀ ਤੇ ਕਿੰਨਾ ਵੱਲੋਂ ਕਰਵਾਇਆ ਗਿਆ ਸੀ ਉਹ ਤੁਹਾਡੇ ਕੋਲ ਬਹੁਤ ਜਲਦ ਇੱਕ ਦੋ ਦਿਨਾਂ ਚ ਲਾਈਵ ਹੋ ਕੇ ਉਹ ਸਾਰੀ ਸੱਚਾਈ ਤੁਹਾਡੇ ਸਾਹਮਣੇ ਰੱਖਾਂਗੇ ਕਿਹੜੇ ਗੱਦਾਰਾਂ ਨੇ ਉਥੇ ਕਤਲ ਕਰਵਾਇਆ ਸੀਗਾ ਉਹ ਤੁਹਾਡੇ ਸਾਹਮਣੇ ਉਹਨਾਂ ਦੀ ਗਦਾਰੀ ਦੱਸਾਂਗੇ ਕਿੰਨਾਂ ਨੇ ਸਲੋਪਾ ਪਾ ਕੇ ਜਰਨਲ ਡਾਇਰ ਨੂੰ ਸਨਮਾਨਿਤ ਕੀਤਾ ਸੀ ਉਹਨਾਂ ਗਦਾਰਾਂ ਦੀ ਗਦਾਰੀ ਵੀ ਤੁਹਾਡੇ ਸਾਹਮਣੇ ਰੱਖਾਂਗੇ ਸਾਥੀਓ ਆਪਣਾ ਬਚਾਅ ਆਪ ਕਰੋ ਮੈਨੂੰ ਤੇ ਹੁਣ ਡਰ ਲੱਗਣ ਲੱਗ ਪਿਆ ਮੈਂ ਅੱਜ ਤੋਂ ਕਦੀ ਕਿਸੇ ਗੁਰੂ ਘਰ 'ਚ ਨਹੀਂ ਜਾਵਾਂਗਾ ਗੁਰੂ ਸਾਹਿਬ ਸਾਡੇ ਘਰ ਦੇ ਵਿੱਚ ਹੀ ਵਿਰਾਜਮਾਨ ਨੇ ਗੁਰਬਾਣੀ ਸਭ ਚੜ ਇੱਥੇ ਮੋਬਾਈਲ ਫੋਨ ਦੇ ਵਿੱਚ ਗੁਰਬਾਣੀ ਸਭ ਚੜਿਆ ਗੁਰਬਾਣੀ ਆ ਜਾਂਦੀ ਮੈਂ ਉਹਨੂੰ ਪੜ੍ਹਾਂਗਾ ਉਹਨੂੰ ਨਮਸਕਾਰ ਕਰੂੰਗਾ ਮੈਂ ਡਰ ਗਿਆ ਮੈਂ ਕਦੀ ਕਿਸੇ ਗੁਰੂ ਘਰ ਚ ਨਹੀਂ ਜਾਊਂਗਾ ਹਾਂ ਅਗਰ ਕਿਹਾ ਕੋਈ ਵੱਡਾ ਇਤਿਹਾਸਿਕ ਸਥਾਨ ਆ ਉੱਥੇ ਜਾਵਾਂਗੇ ਜਿੱਥੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਪਰ ਮੈਨੂੰ ਹੁਣ ਡਰ ਲੱਗਦਾ ਮੈਂ ਇੱਕ ਸਿੱਖ ਹੋ ਕੇ ਡਰ ਰਿਹਾ ਕਿ ਮੈਂ ਹੁਣ ਕਿਸੇ ਗੁਰੂ ਘਰ ਚ ਕਿਤੇ ਗਿਆ ਤੇ ਕਿਤੇ ਵਿਰੋਧੀਆਂ ਨੇ ਮੇਰੇ ਤੇ ਬੇਅਤਬੀ ਦਾ ਇਲਜ਼ਾਮ ਲਾ ਕੇ ਮੇਰਾ ਕਤਲ ਕਰ ਦਿੱਤਾ ਤੇ ਫਿਰ ਆਵਾਜ਼ ਕੌਣ ਚੁੱਕੇਗਾ ਗਰੀਬਾਂ ਦੀ ਆਰ ਚਲੋ ਬਹੁਤ ਸਾਰੇ ਸਾਥੀ ਉੱਠ ਚੁੱਕੇ ਨੇ ਜਿਹੜੇ ਗਰੀਬਾਂ ਦੇ ਹੱਕ ਚਾਹ ਦਾ ਨਾਰਾ ਮਾਰਦੇ ਆ ਗਰੀਬਾਂ ਦੇ ਹੱਕ ਦੀ ਗੱਲ ਕਰਦੇ ਆ ਅਗਰ ਮੈਂ ਨਹੀਂ ਵੀ ਰਿਹਾ ਇਸ ਦੁਨੀਆ ਦੇ ਉੱਤੇ ਮੈਨੂੰ ਯਕੀਨ ਆ ਕਿ ਤੁਸੀਂ ਯੋਧੇ ਹੋ ਤੁਸੀਂ ਜਾਗ ਚੁੱਕੇ ਹੋ ਤੁਸੀਂ ਹੁਣ ਆਪਣੇ ਹੱਕਾਂ ਲਈ ਲੜੋਗੇ ਆਪਣੇ ਮਹਾਪੁਰਸ਼ਾਂ ਦੀ ਸੋਚ ਤੇ ਪੈਰਾ ਦਵੋਗੇ ਡਾਕਟਰ ਬਾਬਾ ਸਾਹਿਬ ਭਿੰਮਰਾਓਂ ਬੇੜਕਰ ਦੀ ਸੋਚ ਤੇ ਪੈਰਾ ਦਵੋਗੇ ਜਿਨ੍ਹਾਂ ਨੇ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨ ਚ ਤੁਹਾਡੇ ਅਧਿਕਾਰ ਲਿਖ ਕੇ ਤੁਹਾਨੂੰ ਦਿੱਤੇ ਆ ਔਰ ਉਹ ਅਧਿਕਾਰ ਤੁਹਾਨੂੰ ਮਿਲੇ ਆ ਸੋ ਜਾਗੋ ਆਪਣਾ ਇਤਿਹਾਸ ਖੰਗਾਲੋ ਔਰ ਮੇਰੀਆਂ ਗੱਲਾਂ ਨੂੰ ਯਾਦ ਰੱਖਿਓ ਬੇਸ਼ੱਕ ਕਈ ਲੋਕ ਮੈਨੂੰ ਕਹਿੰਦੇ ਹੋਣਗੇ ਕਿ ਇਹ ਭੌਂਕਦਾ ਕੁੱਤੇ ਦੀ ਤਰ੍ਹਾਂ ਹਾਂ ਮੈਂ 35 ਮਹਾਪੁਰਸ਼ਾਂ ਦੇ ਦਰ ਦਾ ਕੁੱਤਾ ਆ ਹਾਂ ਮੈਂ ਆਪਣੇ 35 ਮਹਾਪੁਰਸ਼ਾਂ ਦੇ ਦਰ ਦਾ ਕੁੱਤਾ ਆ ਮੈਂ ਭੌਂਕ-ਪੌਂਕ ਕੇ ਆਪਣੇ ਗਰੀਬ ਲੋਕਾਂ ਨੂੰ ਜਗਾ ਰਿਹਾ ਕਿ ਤੁਹਾਡੇ ਹੱਕ ਮਾਰੇ ਜਾ ਰਹੇ ਆ ਤੁਹਾਡੇ ਹੱਕ ਦੀ 2 ਰੁਪਏ ਕਿਲੋ ਵਾਲੀ ਕਣਕ ਪਿੰਡਾਂ ਦੇ ਅਮੀਰ ਭਖਾਰੀ ਉਹ ਕਣਕ ਲੈ ਲੈ ਕੇ ਆਪਣੀਆਂ ਮੱਜਾਂ ਨੂੰ ਪਾਈ ਜਾ ਰਹੇ ਆ ਤੁਹਾਡੇ ਹੱਕਾਂ ਦੇ ਨੀਲੇ ਕਾਰਡ ਅਮੀਰ ਭਖਾਰੀ ਬਣਾਏ ਜਾ ਰਹੇ ਆ ਤੁਹਾਡੇ ਹੱਕ ਜਿਹੜੇ ਨੇ ਉਹ ਤੁਹਾਡੇ ਨਾਮ ਦੇ ਉੱਤੇ ਐਸਸੀ ਸਰਟੀਫਿਕੇਟ ਬਣਾ ਕੇ ਅਮੀਰ ਪਖਾਰੀ ਪਿੰਡਾਂ ਦੇ ਤਨਾਰ ਚੋਹਦਰੀ ਤੁਹਾਡੀਆਂ ਨੌਕਰੀਆਂ ਖਾਈ ਜਾ ਰਿਆ ਐ ਮੇਰੇ ਹਿੰਦੂ ਭਰਾਵੋ ਐ ਮੇਰੇ ਸਨਾਤਨੀ ਭਰਾਵੋ ਆਓ ਆਪਾਂ ਸਾਰੇ ਰਲ ਕੇ ਜ਼ੁਲਮੀ ਲੋਕਾਂ ਦੀ ਜੜ ਪਟਕੇ ਰੱਖ ਦਈਏ ਲੇਕਿਨ ਮੈਂ ਅਗਰ ਸਿੱਖ ਹੋ ਕੇ ਡਰ ਰਿਹਾ ਕਿ ਮੈਂ ਅੱਜ ਤੋਂ ਕਿਸੇ ਛੋਟੇ ਮੋਟੇ ਗੁਰੂ ਘਰ ਚ ਨਹੀਂ ਜਾਊਂਗਾ ਕਿਤੇ ਵਿਰੋਧੀ ਮੇਰੀਆਂ ਵੀਡੀਓ ਦੇਖਦੇ ਹੋਣ ਮੈਂ ਸੱਚ ਬੋਲਦਾ ਹਾਂ ਹੋ ਸਕਦਾ ਕੋਈ ਵਿਰੋਧੀ ਮੇਰੇ ਤੇ ਇਲਜ਼ਾਮ ਲਾ ਕੇ ਕਿ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਲਈ ਅਸੀਂ ਆਪਣੀ ਜਾਨ ਵੀ ਹਜ਼ਰਤ ਦੇ ਕਰ ਸਕਦੇ ਆ ਪਰ ਇਹਨਾਂ ਝੂਠੇ ਲੋਕਾਂ ਦਾ ਕੋਈ ਪਤਾ ਨਹੀਂ ਜਿੱਦਾਂ ਅੱਜ ਸਿੰਘੂ ਬਾਰਡਰ ਦੇ ਉੱਤੇ ਇੱਕ ਗਰੀਬ ਦਾ ਕਤਲ ਕਰ ਦਿੱਤਾ ਗਿਆ ਬਿਆਦਬੀ ਦਾ ਇਲਜ਼ਾਮ ਲਾ ਕੇ ਇਹ ਲੋਕ ਸ਼ਾਇਦ ਤੁਹਾਡਾ ਸਾਦਾ ਵੀ ਕਤਲ ਕਰਾ ਸਕਦੇ ਆ ਭਾਈ ਅੱਜ ਤੋਂ ਬਾਅਦ ਅਗਰ ਕੋਈ ਗੁਰੂ ਘਰ ਚ ਜਾਂਦਾ ਉਹ ਆਪਣੀ ਜਿਵੇਂ ਬੱਸ ਦੇ ਵਿੱਚ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਭਾਈ ਗੁਰੂ ਘਰਾਂ ਦੇ ਵਿੱਚ ਸੋਚ ਸਮਝ ਕੇ ਜਾਇਓ ਅੱਜ ਕੱਲ੍ਹ ਧਰਮਾਂ ਦੇ ਨਾਮ ਦੇ ਉੱਤੇ ਧਰਮਾਂ ਨੂੰ ਢਾਲ ਬਣਾ ਕੇ ਰਾਜਨੀਤੀਆਂ ਖੇਡੀਆਂ ਜਾ ਰਹੀਆਂ ਹਨ ਮਾਬ ਲੰਚੀ ਕੀਤੀ ਜਾ ਰਹੀ ਹੈ ਗਰੀਬਾਂ ਦੇ ਕਤਲ ਕੀਤੇ ਜਾ ਰਹੇ ਆ ਦੇਖਿਓ ਆਪਣੀ ਜਾਨ ਮਾਲ ਦੀ ਤੁਸੀਂ ਸੰਭਾਲ ਆਪ ਕਰਨੀ ਆ ਔਰ ਕੋਸ਼ਿਸ਼ ਕਰੋ ਇਹਨਾਂ ਜਿਹੜੇ ਵੀ ਧਾਰਮਿਕ ਸਥਾਨੇ ਨਾ ਬਣਾ ਕੇ ਇਹ ਜਿਹੜੇ ਪ੍ਰਧਾਨਗੀਆਂ ਕਰਕੇ ਗੁਰੂ ਘਰਾਂ ਤੋਂ ਆਪਣਾ ਘਰ ਚਲਾਉਂਦੇ ਆ ਤੁਸੀਂ ਗੋਲ ਕਾਚੇ ਅਗਰ ਦਾਨ ਕਰਨਾ ਤੇ 1 ਰੁਪਿਆ ਪਾਓ ਲੇਕਿਨ ਆਪਣਾ ਬਚਾਅ ਕਰਕੇ ਜਾਇਓ ਭਾਈ ਕਿਤੇ ਬੇਅਦਬੀ ਦਾ ਇਲਜ਼ਾਮ ਲਾ ਕੇ ਕਿਤੇ ਤੁਹਾਡਾ ਕਤਲ ਨਾ ਕਰ ਦਿੱਤਾ ਜਾਵੇ ਆਪਣਾ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ ਨਿਖੇਦੀ ਕਰਦਾ ਹਾਂ ਕਿ ਪਗੜੀ ਥਾਰੀ ਹੱਤਵਾਦੀਆਂ ਨੇ ਪਿਛਲੇ 3-4 ਦਿਨ ਤੋਂ ਉਹਨਾਂ ਦੇ ਨਾਲ ਰਹਿ ਰਹੇ ਇੱਕ ਗਰੀਬ ਗਰੀਬ ਦਾ ਕਤਲ ਕਰ ਦਿੱਤਾ ਬੇਅਦਬੀ ਦਾ ਇਲਜ਼ਾਮ ਲਾ ਕੇ ਔਰ ਬੇਰਮੀ ਦੇ ਨਾਲ ਉਹਦੀ ਲੱਤ ਤੇ ਬਾਹ ਵੜ ਕੇ ਉਹ ਪਾਣੀ ਮੰਗਦਾ ਰਿਹਾ ਉਹ ਇਲਾਜ ਲਈ ਤਰਫਦਾ ਰਿਹਾ ਤੇ ਉਹ ਸਿੱਖੀ ਨੂੰ ਸ਼ਰਮਸਾਰ ਕੀਤਾ ਜਿਹੜੀ ਸਿੱਖੀ ਆਕਸੀਡਨ ਦੇ ਲੰਗਰ ਲਾਉਂਦੀ ਹੈ ਭੁੱਖਿਆਂ ਨੂੰ ਰੋਟੀ ਖਵਾਉਂਦੀ ਹੈ ਔਰ ਜਿਹੜੀ ਗਰੀਬ ਦੀਨ ਦੁਖੀਆਂ ਦਾ ਇਲਾਜ ਕਰਦੀ ਆ ਉਸ ਸਿੱਖੀ ਨੂੰ ਇਹਨਾਂ ਨੇ ਅੱਜ ਸ਼ਰਮਸਾਲ ਕਰ ਦਿੱਤਾ ਆ ਮੈਂ ਇਹਨਾਂ ਪਗੜੀ ਧੋਰੀਆ ਤੋਬਾਦੀ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਟਾਲਾਈ ਆ ਔਰ ਇਸ ਘਟਨਾ ਨੂੰ ਅੰਜਾਮ ਦਿੱਤਾ ਆ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਦੀ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਆਪਣਾ ਬਚਾਓ ਸੋਚ ਸਮਝ ਕੇ ਜਾਓ ਭਾਈ ਗੁਰੂਕਰਚ ਕਤਲ ਕਰ ਦਿੱਤੇ ਜਾਂਦੇ ਆ ਧਰਮ ਨੂੰ ਢਾਲ ਬਣਾ ਕੇ ਬੇਅਦਬੀ ਦੇ ਇਲਜ਼ਾਮ ਲਾ ਕੇ ਆਪਣਾ ਭਾਈ ਬਚਾਅ ਕਰੋ ਤੁਹਾਡੇ ਅੰਦਰ ਪ੍ਰਮਾਤਮਾ ਆ ਅਗਰ ਤੁਸੀਂ ਗੁਰਬਾਣੀ ਨੂੰ ਨਮਸਕਾਰ ਕਰਨਾ ਆ ਜਿਹੜੇ ਗੁਰੂ ਘਰ ਗੁਰਦੁਆਰਾ ਗੁਰਦੁਆਰਾ ਸਾਹਿਬ ਨੇ ਅੱਜ ਕੱਲ ਪਿੰਡਾਂ ਚ ਜਾਂ ਗਲੀਆਂ-ਗਲੀਆਂ ਚ ਬਣੇ ਨੇ ਇਹ ਸਿਰਫ 골ਕਾ ਦੇ ਲਾਲਚ ਚ ਬਣਾਏ ਗਏ ਨੇ ਇਸੇ ਕਰਕੇ ਬੇਅਦਬੀਆਂ ਵਧੀਆਂ ਹੋਈਆਂ ਸੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਆ ਜੇ ਬੇਅਦਬੀਆਂ ਰੋਕਣੀਆਂ ਇਹ ਗੁਰੂ ਘਰ ਜਿਹੜੇ ਨੇ ਹਰ ਪਿੰਡ ਚ ਇੱਕ ਹੋਵੇ ਇੱਕ ਮਹਾਲੇ 'ਚ ਇੱਕ ਗੁਰੂ ਘਰ ਹੋਵੇ ਇੱਥੇ ਗਲੀਆਂ-ਗਲੀਆਂ ਦੇ ਵਿੱਚ ਗੁਰੂ ਘਰ ਬਣੇ ਨੇ ਔਰ ਸੰਗਰਾਂਧਾ ਦੇ ਉੱਤੇ ਪੈਸੇ ਇਕੱਠੇ ਕਰਦੇ ਨੇ ਇਹਨਾਂ ਲੋਕਾਂ ਨੇ ਕਦੀ ਕਿਸੇ ਗਰੀਬ ਦੀ ਮਦਦ ਨਹੀਂ ਕੀਤੀ ਹੁੰਦੀ ਕਦੀ ਇਹ ਕਿਸੇ ਬੱਚੇ ਨੂੰ ਗਰੀਬ ਨੂੰ ਪੜਾਉਂਦੇ ਨਹੀਂ ਆ ਸਾਨੂੰ ਗਲੀ-ਗਲੀ 'ਚ ਸਕੂਲ ਚਾਹੀਦੇ ਆ ਜਿੱਥੇ ਗਰੀਬਾਂ ਦੇ ਮਜ਼ਦੂਰਾਂ ਦੇ ਬੱਚੇ ਪੜ ਸਕਣ ਸਾਨੂੰ ਹੁਣ ਧਾਰਮਿਕ ਸਥਾਨਾਂ ਤੋਂ ਤੋਬਾ ਹੋ ਗਈ ਸਾਨੂੰ ਮੈਨੂੰ ਡਰ ਲੱਗਦਾ ਮੇਰੇ ਸਿਰ ਤੇ ਪਾਗ ਗਿਆ ਮੈਂ ਸਿੱਖ ਆ ਪਰ ਮੈਨੂੰ ਡਰ ਲੱਗਦਾ ਹੁਣ ਕਿਤੇ ਬੇਅਤਮੀ ਦਾ ਇਲਜ਼ਾਮ ਲਾ ਕੇ ਮੈਂ ਹੱਕ ਸੱਚ ਦੀ ਗੱਲ ਕਰਦਾ ਬੋਲਦਾ ਕਿਤੇ ਮੇਰਾ ਕਤਲ ਨਾ ਕਰਵਾ ਦਿੱਤਾ ਜਾਵੇ ਅੱਜ ਤੋਂ ਮੈਂ ਤੋਬਾ ਕਰਦਾ ਮੈਂ ਕਿਸੇ ਕਦੀ ਗੁਰੂ ਘਰ ਦੇ ਵਿੱਚ ਨਹੀਂ ਜਾਊਂਗਾ ਹਾਂ ਮੇਰੇ ਨਾਲ ਕੋਈ 10 20 50 ਬੰਦੇ ਹੋਣਗੇ ਜਾਂ ਕਿਤੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ ਅਗਰ ਕਿਤੇ ਕੋਈ ਸਬੱਬ ਬਣਿਆ ਤੇ ਮੱਥਾ ਟੇਕ ਲਾਂਗੇ ਨਹੀਂ ਤਾਂ ਸਾਡੇ ਘਰ ਦੇ ਵਿੱਚ ਹੀ ਗੁਰਬਾਣੀ ਆ ਮੋਬਾਈਲ ਤੇ ਵਿੱਚ ਹੀ ਗੁਰਬਾਣੀਆਂ ਗੁਰੂ ਸਾਹਿਬ ਅੰਦਰ ਨੇ ਮਨਾਂ ਦੇ ਵਿੱਚ ਨੇ ਅਸੀਂ ਉਹਨਾਂ ਨੂੰ ਇੱਥੇ ਹੀ ਨਮਸਕਾਰ ਕਰਦੇ ਹਾਂ ਮੈਂ ਤੇ ਭਾਈ ਤੋਬਾ ਕਰਦਾ ਲੰਗਰ ਦਾ ਸਾਨੂੰ ਲਾਲਚ ਨਹੀਂ ਵਾਇਗਰੂ ਇੱਥੇ ਘਰੇ ਹੀ ਬਹੁਤ ਖੁੱਲੇ ਗੱਫੇ ਛੜਦਾ ਸੋ ਜਿਹੜੇ ਜਿਹੜੇ ਆਤਵਾਦੀ ਫੰਡਿੰਗ ਦੇ ਚੱਕਰ ਦੇ ਵਿੱਚ ਇਤਾਂ ਦੀਆਂ ਘਤਣਾਵਾਂ ਨੂੰ ਅੰਜਾਮ ਦੇ ਰਹੇ ਆ ਉਹਨਾਂ ਨੂੰ ਅਸੀਂ ਠੱਲ ਪਾਉਣੀ ਆ ਆਪਣਾ ਬਚਾਅ ਆਪ ਆਪ ਕਰੀਏ ਸੋਚ ਸਮਝ ਕੇ ਗੁਰੂ ਘਰ ਜਾਇਓ ਧਰਮ ਨੂੰ ਟਾਲ ਬਣਾ ਕੇ ਬੇਅਦਬੀ ਦੇ ਇਲਜ਼ਾਮ ਲਾ ਕੇ ਅੱਜਕੱਲ ਕਤਲ ਕੀਤੇ ਜਾਂਦੇ ਆ ਗਰੀਬਾਂ ਦੇ ਆਪਣਾ ਬਚਾਅ ਆਪ ਕਰ ਲਿਓ ਵਾਇਗਰੂ ਚੀਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਇੱਥੇ ਸਾਡੇ ਮੂਰਖ ਭਰਾ ਗਲਤ ਕਮੈਂਟ ਕਰਦੇ ਆ ਸਾਨੂੰ ਪਤਾ ਹੈ ਮੂਰਖ ਆ ਔਰ ਇਹਨਾਂ ਦੀ ਜਦੋਂ ਅਸੀਂ ਕਹਿ ਦਿੱਤਾ ਕਿ ਇਹ ਮੂਰਖ ਆ ਤੇ ਇਹਨਾਂ ਦੇ ਕਮੈਂਟ ਜਦੋਂ ਨੈਗੇਟਿਵ ਤੁਸੀਂ ਦੇਖੋਗੇ ਤੇ ਤੁਹਾਨੂੰ ਮੂਰਖਾਂ ਦੀ ਜੇ ਪਛਾਣ ਕਰਨੀ ਹੋਊਗੀ ਇੱਥੇ ਨੈਗੇਟਿਵ ਕਮੈਂਟ ਕਰਨ ਵਾਲੇ ਵੇਖ ਲਿਓ ਇਹ ਮੂਰਖਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਔਰ ਇਹ ਇਹ ਮੂਰਖ ਜਿਹੜੇ ਨੇ ਇਹ ਗੁਰਬਾਣੀ ਤੋਂ ਦੂਰ ਨੇ ਇਹ ਉਸ ਅਕਾਲ ਪੁਰਖ ਦੇ ਸਿਧਾਂਤਾਂ ਤੋਂ ਦੂਰ ਨੇ ਬੈਸਟ ਆਫ ਲੱਕ ਧੰਨਵਾਦ ਜੀ